ਤੇ ਮੈਂ ਕਿਹਾ ਜ਼ਰੂਰ ਆਊਂਗਾ ਮੈਂ ਲੰਗੇਰੀ ਪਿੰਡ ਮੈਨੂੰ ਫੋਨ ਆਇਆ ਉਹਦਾ ਸਵੇਰੇ ਹਾਜਰੇ ਹੋਏ ਮੈਂ ਫੋਨ ਚੱਕਿਆ ਤੇ ਕਹਿੰਦਾ ਸਾਡੇ ਪਿੰਡ ਬਾਈ ਟੂਰਨਾਮੈਂਟ ਦੇ ਨਾਲ ਗੱਲ ਕੀਤੀ ਸੀ ਤੂੰ ਆਇਆ ਮੈਂ ਕਿਹਾ ਚਲੋ ਜ਼ਰੂਰ ਆਉਣਾ ਮੈਂ ਬਾਈ ਤੁਰ ਪਿਆ ਚਲੋ ਸਾਈ ਸੂਈ ਮਿਲ ਗਈ ਸੀ ਕਿ ਸਿੱਧਾ ਵੈਸੇ ਹੀ ਵਧਾਈ ਸੀ ਵੈਸੇ ਪਿਆਰੇ ਸੀ ਕਿ ਹਾਂ ਵੀ ਸਾਨੂੰ ਸੱਦਿਆ ਯਾਰ ਤੇ ਉਹ ਕਹਿੰਦਾ ਬਾਈ ਸੇਵਾ ਕਿ ਨਹੀਂ ਲਊਂਗਾ ਮੈਂ ਕਿਹਾ ਯਾਰ ਬਾਈ ਸੇਵਾ ਸਾਨੂੰ ਕਦੇ ਪਤਾ ਨਹੀਂ ਹੁੰਦਾ ਯਾਰ ਪੈਸੇ ਵੀ ਮਿਲਣੇ ਆ ਮੈਂ ਕਿਹਾ ਪਿਆਰ ਨਾਲ ਦੇ ਮੈਂ ਕਿਹਾ ਯਾਰ ਪੈਸਾ ਹਰੇਕ ਕੋਲ ਹੁੰਦਾ ਪਰ ਜਿਹੜਾ ਦਿਲ ਹੈ ਕਿਸੇ ਕਿਸੇ ਦਾ ਹੁੰਦਾ ਦਿਨੇਸ਼ ਬਾਈ ਕਈਆਂ ਦੇ ਪੈਸੇ ਨੂੰ ਭੁੱਖ ਲੱਗ ਗਿਆ ਪਿਆਂ ਪਿਆਂ ਨੂੰ ਪਰ ਕਈਆਂ ਨੇ 200 ਰੁਪਇਆ ਲੈ ਕੇ ਆਉਂਦੇ ਆ ਸਗਰਾਉਂਡ ਦੇ ਵਿੱਚ ਤੇ ਜਾਂਦੇ ਆ ਤੇ 200 ਵੀ ਦੇ ਜਾਂਦੇ ਕਰਨਾ ਪੈਂਦਾ ਕਿੰਨੀਆਂ ਕੁ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਕਿਉਂਕਿ ਤੁੱਕ ਬੰਦੀ ਜਦੋਂ ਕਬੱਡੀ ਦੇ ਟੂਰਨਾਮੈਂਟ ਹੁੰਦੇ ਆ ਲਗਾਤਾਰ ਕਿੰਨੇ ਤੁਹਾਨੂੰ ਮੈਚ ਜਿਹੜੇ ਆ ਉਹ ਹੰਡਾਉਣੇ ਪੈਂਦੇ ਆ ਤਾਂ ਬਹੁਤ ਸਾਰੀ ਤੁੱਕਬੰਦੀ ਪਲੇਅਰਾਂ ਦੇ ਨਾਮ ਯਾਦ ਕਰਨੇ ਪੈਂਦੇ ਆ ਪ੍ਰਮੋਟਰਾਂ ਦੇ ਨਾਮ ਯਾਦ ਕਰਨੇ ਪੈਂਦੇ ਪ੍ਰਬੰਧਕ ਜਿਹੜੇ ਬੈਠੇ ਹੁੰਦੇ ਸਾਹਮਣੇ ਉਹਨਾਂ ਦੀ ਤਾਰੀਫ ਵੀ ਕਰਨੀ ਪੈਂਦੀ ਫਿਰ ਜਿਵੇਂ ਤੁਸੀਂ ਕਹਿੰਦੇ ਆਡੀਅੰਸ 'ਚ ਕੋਈ ਆ ਕੇ ਪੈਸੇ ਦੇ ਜਾਂਦਾ ਉਹ ਵੀ ਫਿਰ ਨਾਮ ਬੋਲਣਾ ਪੈਂਦਾ ਤਾਂ ਇੰਨੀ ਮਿਹਨਤ ਕਰਨ ਲਈ ਕਿੰਨਾ ਕੁ ਰਿਆਜ਼ ਕਰਨਾ ਪੈਂਦਾ ਸਰ ਇੱਦਾਂ ਆ ਕਿ ਹਾਂ ਵੀ ਲਗਾਤਾਰ ਬੋਲਣਾ ਪੈਂਦਾ ਆਵਾਜ਼ ਗਲੇ ਵੀ ਬਹਿ ਜਾਂਦੇ ਆ ਮਿਹਨਤ ਕਰਨੀ ਪੈਂਦੀ ਆ ਸਰ ਕਿ ਜਿੱਦਾਂ ਆਪਾਂ ਕਹਿ ਦਈਏ ਘਰੇ ਮੈਂ ਸ਼ੀਸ਼ਾ ਦੇਖਦਾ ਹੁੰਦਾ ਸ਼ੀਸ਼ੇ ਦੇਖ ਦੇਖ ਬੋਲੀ ਜਾਣਾ ਬੋਲਣਾ ਨਾਲ ਦੇ ਗਾਂਢੀ ਵਾਂਢੀ ਦਾ ਕੀ ਬੋਲ ਰਹਿੰਦਾ ਪਾਗਲ ਹੋ ਗਿਆ ਜਿਹੜੇ ਮੇਰੇ ਤੋਂ ਸੀਨੀਅਰ ਬੁਲਾ ਰਹੇ ਆ ਨਾਮ ਆਦਾ ਅਮਰੀਕ ਖੋਸਾ ਅਮਰੀਕ ਖੋਸਾ ਜੀ ਰੁਪਿੰਦਰ ਜਲਾਲ ਵਰਗਿਆਂ ਦਾ ਨਾਮ ਆਦਾ ਸਾਡੇ ਬੇਲਾ ਬਾਈ ਆ ਉਹਦਾ ਨਾਮ ਆਦਾ ਅਰਸ਼ੀ ਰਹੀਮਾ ਵਾਦੀ ਅੱਜ ਕਿਵੇਂ ਰਿਹਰਸਲ ਕਿਵੇਂ ਕਰਦੇ ਸੀ ਰਿਹਰਸਲ ਮੈਂ ਦੇਖਦੇ ਕੇ ਬੋਲਦਾ ਤੇ ਇੱਕ ਮੁੰਡਾ ਮੈਂ ਉਦੋਂ ਦੀ ਗੱਲ ਜਦੋਂ ਮੈਂ ਪਹਿਲੀ ਵਾਰ ਮੈਚ ਬੋਲਿਆ ਸੀ ਸਾਡੇ ਇਦਾਂ ਹੁੰਦਾ ਸੀਗਾ ਮੈਂ ਮੈਚ ਥੋੜੇ ਦੇਖੇ ਸੀ ਉਹਨੇ ਛੱਕਾ ਮਾਰਿਆ ਕਹਿੰਦਾ ਯਾਰ ਮੈਂ ਛੱਕਾ ਮਾਰੂੰਗਾ ਨਾ ਤਾਂ ਉਦੋਂ ਇੱਦਾਂ ਕਹਿੰਦਾ ਲਲਕਾਰਾ ਜਾਂ ਮਾਨਾ ਬ੍ਰਰ ਮੈਂ ਕਿਹਾ ਠੀਕ ਆ ਬਾਈ ਉਦੋਂ ਨਹੀਂ ਪਤਾ ਸੀ ਤੇ ਉਹਨੇ ਛੱਕਾ ਮਾਰਤਾ ਮੈਨੂੰ ਨਹੀਂ ਬੋਲਣਾ ਆਉਂਦਾ ਉਹਨੇ ਛੱਕਾ ਮਾਰਿਆ ਮੈਨੂੰ ਕਹਿਣਾ ਨਾ ਪਏ ਮੈਂ ਬਿਸ 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 ਅੱਛਾ ਕਿ ਮੈਂ ਜਿੱਦਾਂ ਮੈਂ ਬੋਲਦਾ ਹੁੰਦਾ ਅਕਸਰ ਕਿ ਮੈਂ ਗਿਆ ਨਾ ਕਿੱਥੋਂ ਭਲਵਾਨ ਰੱਜ ਦੇ ਮਿੱਤਰਾ ਜਹਾਜ਼ਾਂ ਨੂੰ ਨਹੀਂ ਰੋੜੇ ਵੱਜਦੇ ਕਿ ਕਦੇ ਨਾ ਪੜਾਕੂ ਮੂਹਰੇ ਅਰੇ ਡਿਗਰੀ ਚੋਰਾ ਮੂਹਰੇ ਯਾਰ ਦੇ ਨਾ ਜਾਂਦੇ ਸੋਹਣਿਆ ਮਾਮਾ ਦੀ ਜੋ ਛਾਤੀ ਵਿੱਚੋਂ ਮਿਲਦੀ ਦਲੇਰੀ ਉਹ ਪੈਕਟਾਂ ਦੁੱਧ ਕਿੱਥੋਂ ਦਿੰਦੇ ਸੋਹਣਿਆ ਮਾਮਾ ਦੀਆਂ ਦਲੇਰੀਆਂ ਮਿਲੀਆਂ ਹੁਣ ਹੌਸਲਾ ਹੋਵੇ ਘਰਦਿਆਂ ਦਾ ਤਾਂ ਬੰਦਾ ਕਿੱਥੇ ਅੱਛਾ ਘਰਦੇ ਸਪੋਰਟ ਕਰਦੇ ਸੀ ਸਵੀਟ ਚਾਟ ਪੂਰੀ ਕਦੀ ਘਰਦਿਆਂ ਨੇ ਰੋਕੇ ਟੋਕੇ ਤਾਂ ਨਹੀਂ ਕਿ ਨਹੀਂ ਗੁਰੀ ਇਹ ਕੰਮ ਨਹੀਂ ਕਰਨਾ ਨਹੀਂ ਨਹੀਂ ਘਰਦੇ ਸਪੋਰਟ ਪੂਰੀ ਕਰਦੇ ਘਰਦੇ ਨੂੰ ਮਲ ਕੇ ਪੂਰਾ ਭਰੋਸਾ ਆ ਆਂਡੀ ਗਾਂਡੀ ਬਥੇਰਾ ਕੁਝ ਕਹਿੰਦੇ ਆ ਕਿ ਹਾਂ ਵੀ ਕਿਤੇ ਖਾਣ ਪੀਣ ਨਾ ਲੱਗ ਜਾਵੇ ਕਿਉਂਕਿ ਅਕਸਰ ਸਾਡਾ ਉਸਤਾਦ ਵੱਡਾ ਵੀਰ ਗੱਲ ਕਰਦਾ ਹੁੰਦਾ ਰੁਪਿੰਦਰ ਜਲ ਕਿ ਹਾਂ ਵੀ ਉਹਦੀ ਮਾਂ ਸਾਡੀ ਜਿਹੜੀ ਮਾਂ ਇੱਕੋ ਗੱਲ ਕਹਿੰਦੀ ਹੁੰਦੀ ਕਿ ਟਾਈਮ ਨਾ ਘਰੇ ਆ ਜਾ ਕਰ ਬਾਕੀ ਕੋਈ ਚੱਕਰ ਨਹੀਂ ਕਈ ਬੰਦਿਆਂ ਦਾ ਨਾਂ ਸੀ ਮੈਨੂੰ ਪਤਾ ਵੀ ਨਹੀਂ ਹੁੰਦਾ ਸੀ ਅੱਛਾ ਇਫਤਾਰ ਖੜਾ ਹੈ ਤੇ ਉਹ ਮੈਨੂੰ ਆਪ ਆਏ ਕਹਿੰਦੇ ਹੁੰਦੇ ਸੀ ਕਿ ਹਾਂ ਵੀ ਯਾਰ ਮੈਂ ਆ ਬੰਦਾ ਤੂੰ ਮੇਰਾ ਨਾਂ ਬੋਲ ਮੈਂ ਕਿਹਾ ਹਾਂਜੀ ਹਾਂਜੀ ਬਾਈ ਮੈਂ ਤੇ ਦੇਖਦਾ ਵੀ ਨਹੀਂ ਹੁੰਦਾ ਸੀ ਮੈਂ ਕਿਹਾ ਠੀਕ ਆ ਬਾਈ ਤੁਸੀਂ ਆ ਅੱਛਾ ਮੈਂ ਬਾਹਲਾ ਸੁਣਿਆ ਕਈ ਵਾਰ ਝੂਠ ਨਹੀਂ ਬੋਲਣਾ ਪੈਂਦਾ ਬਾਈ ਬਾਹਲਾ ਨਾਮ ਹੈ ਇੱਦਾਂ ਫੇ ਹੋ ਜਾਂਦਾ ਜਿਵੇਂ ਸਾਨੂੰ ਕਿਹਾ ਸੀ ਪਹਿਲੀ ਵਾਰ ਮਿਲ ਕੇ ਬਾਹਲਾ ਨਾਮ ਆ ਉਹ ਵੀ ਵੈਂਟਰੀ ਸੀਗਾ ਵਿਸ਼ੇਸ਼ ਤੌਰ ਤੇ ਦਿਨੇਸ਼ ਸ਼ੁਰੀ ਜੀ ਦਾ ਨਾਮ ਵੱਡਾ ਹੈ ਬੜੇ ਸੋਹਣੇ ਲੇਖਕ ਹੈ ਬੜੇ ਸੋਹਣੇ ਮੇਰੇ ਮਿੱਤਰੋ ਗਾਇਕ ਹੈ ਜੇ ਗੱਲ ਕਰੀਏ ਇੱਕ ਚੰਗੇ ਇਨਸਾਨ ਹੈ ਮੇਰੇ ਮਿੱਤਰੋ ਨਵੇਂ ਸ਼ਹਿਰ ਚ ਨਾਮ ਵੱਡਾ ਹੈ ਦਿਨੇਸ਼ ਸ਼ੁਰੀ ਜੀ ਪੁੱਜੇ ਹੈ ਪੀਬੀ ਬੱਤੀ ਵਾਲੇ ਵਿਸ਼ੇਸ਼ ਤੌਰ ਤੇ ਧੰਨਵਾਦ ਇੱਕ ਵਾਰੀ ਸੁਣਾ ਦਿਓ ਆਡੀਅੰਸ ਨੂੰ ਕਿਵੇਂ ਕਰਦੇ ਆ ਸਮਝ ਲਓ ਕਿਸੇ ਨੇ ਜੱਫਾ ਲਾ ਲਿਆ ਉਹ ਕਿਵੇਂ ਉਦੋਂ ਤੁਸੀਂ ਬੜਾ ਘੈਂਟ ਜਾਂ ਕੁਝ ਬੋਲਦੇ ਆ ਇਹ ਹੱਲ 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 ਐ ਕਰ ਕੁਝ ਕਰਦੇ ਸੀ ਤਾਂ ਕਹਿੰਦੇ ਸਰ ਜੱਬੋ ਵਾਲਾ ਮੁੰਡਾ ਆ ਉਹ ਕਾਟੋਆ ਦਾ ਨਾ ਕਾਟੋਆ ਜੋ ਕੋਡੀ ਮਾ ਦਾ ਓਏ ਕਾਟੋ ਆ ਗਿਆ ਜੱਬ ਵਾਲੀਆ ਲੋ ਧਰਤੀ ਮਾਂ ਨੂੰ ਟੇਕਿਆ ਮੱਥਾ ਅੱਗੇ ਵਧਿਆ ਨੌਜਵਾਨ ਚਾਰ ਜਣੇ ਤਿਆਰ ਆ 1 2 3 ਅਸੀਂ ਚਾਰ ਆ ਭਰਾ ਓ ਜਿਹੜਾ ਚੰਗਾ ਲੱਗਦਾ ਤੂੰ ਉਹਨੂੰ ਹੱਥ ਲਾ ਕਮਾਲ ਹੋ ਗਈ ਐ ਸੋ ਸਰ ਗੱਲ ਕਹਿਣ ਦੇ ਸਿੰਪਲ ਆ ਜੇ ਆਪਾਂ ਕਹਿੰਦੇ ਉਹ ਜਿਹਨੂੰ ਹੱਥ ਲਾ ਫੇਰ ਇੱਕ ਇੱਕ ਲਹਿਜਾ ਵੀ ਅਪਣਾਉਣਾ ਪੈਂਦਾ ਪਲੇਅਰਾਂ 'ਚ ਵੀ ਜੋਸ਼ ਆਉਂਦਾ ਹੋਣਾ ਹਾਂਜੀ ਸਰ ਜੇ ਆਪਾਂ ਕਹਦੇ ਉਹ ਗੱਲ ਤੇਰੇ ਤੇ ਖੜੀ ਐ ਤੇਰੇ ਤੇ ਖੜੀ ਅਗਲਾ ਕਹਿੰਦਾ ਸੱਚੀ ਆ ਮੇਰੇ ਤੇ ਖੜੀ ਐ ਚੱਕ ਦੇਾਂਗੇ ਚੱਕ ਦੇਾਂਗੇ ਐਦਾਂ ਫੇ ਹੁੰਦਾ ਰਹਿੰਦਾ ਸਾਡੇ ਸਿਰ ਤੇ ਹੁੰਦਾ ਫਿਰ ਮੈਂ ਕਿ ਸਾਰੇ ਅੱਛਾ ਜੇ ਕਿਸੇ ਨੇ ਮੰਨ ਲਓ ਕਿਤੇ ਗੁੱਟ ਫੜ ਲਿਆ ਜੇ ਹੁਣ ਤੁਸੀਂ ਉਹਦੀ ਤਾਰੀਫ ਕਰ ਰਹੇ ਆ ਕਿ ਇਹ ਗੁੱਟ ਛੱਡਦਾ ਨਹੀਂ ਉਹ ਕਿਵੇਂ ਕਹੋਗੇ ਮੰਨ ਲਓ ਕਿਹੜਾ ਹੋਇਆ ਗੁੱਟ ਐ ਇਹ ਦੱਸ ਕੌਣ ਗੱਭਰੂ ਦਾ ਗੁੱਟ ਫੜ ਦੂ ਬਾ ਫੜ ਨਾ ਕਿਸੇ ਨੂੰ ਤੇਰੀ ਮੈਂ ਨਹੀਂ ਦਿੰਦਾ ਹਾਏ ਹਾਏ ਠੀਕ ਐ ਭਰਾ ਵੀ ਕਿਉਂਕਿ ਜੇ ਆਪਾਂ ਉਹਨਾਂ ਦਾ ਨਾਂ ਬੋਲਾਂਗੇ ਅਗਲੇ ਤਾਂ ਹੀ ਕਰਦੇ ਆ ਤੇ ਉਹਨੂੰ ਅਸੀਂ ਕਹਿੰਦੇ ਆ ਕਿ ਯਾਦਾਂ ਦੇ ਸਾਰੇ ਲੰਘਦੀ ਆ ਜ਼ਿੰਦਗੀ ਚੱਲਦੀ ਰਹੇ ਤੂੰ ਫੋਟੋਆਂ ਬਣਾਉਣ ਵਾਲੇ ਆ ਹਾਏ ਹਾਏ ਸਿਰ ਤੇ ਆ ਭਰਾ ਚੱਲਦੇ ਰਹਿੰਦੇ ਆ ਫੇ ਜੇ ਆਪਾਂ ਕਰੀਏ ਬਾਹਰਲੇ ਸਾਡੇ ਵੀਰ ਆ ਜਿਹੜੇ ਤੇ ਹਾਂ ਵੀ ਉਹ ਫਲਾਨਾ ਮੁੰਡਾ ਉਹ ਰਾਮੂ ਆ ਬੈਠਾ ਵਿਦੇਸ਼ਾਂ 'ਚ ਨਾਲੇ ਕਹਿੰਦਾ ਕਜੀਟੀਆਂ ਲੈ ਜਾਂਦਾ ਕਹਿੰਦਾ ਜੇ ਮੈਂ ਹੁੰਦਾ ਪਿੰਡ ਗੱਲ ਹੋਰ ਹੋਣੀ ਸੀ ਕਜੀਟੀਆਂ ਲੈਂਦੇ ਆ ਬਾਹਰ ਬੈਠੇ ਵੱਡੀ ਐਲਸੀਡੀ ਲਾ ਲੈਂਦੇ ਆ ਵੀ ਸਰ ਸਾਰਿਆਂ ਨੂੰ ਕੁਛ ਕਹਿਣਾ ਪੈਂਦਾ ਰਣਜੀਤ ਬਾਬੇ ਦੀ ਕੋਈ ਗੀਤਾ ਦੀ ਲਾਈਨ ਜੇ ਤੁਸੀਂ ਆਪਣੇ ਅੰਦਾਜ਼ 'ਚ ਬੋਲਣੀ ਹੋਵੇ ਰਣਜੀਤ ਬਾਬੇ ਦੀ ਜ਼ਿੰਦਗੀ ਤਬਾਹ ਨੇ ਕਰ ਦਿੰਦੀਆਂ ਉਹ ਮਾੜੇ ਬੰਦਿਆਂ ਨਾਲ ਲਾਈਆਂ ਯਾਰੀਆਂ ਕਿ ਜ਼ਿੰਦਗੀ 'ਚ ਬਹੁਤਾ ਚਿਰ ਰਹਿਣ ਨਾ ਉਹ ਭਾਈਆਂ ਵਾਜੋ ਕੈਮ ਸਰਦਾਰੀਆਂ ਕਿ ਜ਼ਿੰਦਗੀ ਤਬਾਹ ਨੇ ਕਰ ਦਿੰਦੀਆਂ ਉਹ ਮਾੜੇ ਬੰਦਿਆਂ ਨਾਲ ਲਾਈਆਂ ਯਾਰੀਆਂ ਬੇਲਾ ਜਹਾਨ ਗੁਣਾ ਚੌਰ ਤੋਂ ਵੇਟ ਲਿਫਟਰ ਸਾਡਾ ਵੀਰ ਰਾਸਾ ਮਿਆਰੇ ਮੈਨੂੰ ਮਿਲਿਆ ਬਾਲ ਨੂੰ ਬਾਲਾ ਪਿਆਰ ਕਰਦਾ ਉਹ ਪੁਰਾਣੇ ਵਾਲੀ ਬਾਹ ਫੜੀ ਆ ਹਰੇਕ ਪਾਸੇ ਲੈ ਕੇ ਜਾਂਦਾ ਕਿਤੇ ਵੱਡੇ ਟੂਰਨਾਮੈਂਟ ਸਰ ਸਾਡੇ ਏਰੀਆ ਦੇ ਵਿੱਚ ਟੂਰਨਾਮੈਂਟ ਫਿਰ ਜਹਾਜ਼ ਦੀ ਤਾਕੀ ਨੂੰ ਹੱਥ ਪੈ ਜੂ ਕਿ ਨਹੀਂ ਛੇਤੀ ਪੈ ਜੂ ਛੇਤੀ ਜੀ ਸਾਡਾ ਭਰਾ ਨਿਊਜ਼ੀਲੈਂਡ ਨੂੰ ਕਹਿੰਦਾ ਮੈਨੂੰ ਕਹਿੰਦਾ
ਪੁੱਟ ਦੀਆਂ ਟਰਾਫੀਆਂ ਵੀ ਮਿਲੀਆਂ ਸਹੀ ਜ਼ਰੂਰ ਜੀ ਮਾਂ ਪਿਓ ਕਿੰਨਾ ਖੁਸ਼ ਹੁੰਦੀ ਹੈ ਤੇ ਘਰ ਵਿੱਚ ਥਾਂ ਛੋਟਾ ਪੈ ਜਾਂਦਾ ਤੇ ਟਰਾਫੀਆਂ ਆਈ ਜਾ ਰਹੀਆਂ ਸਹੀ ਸਹੀ ਇਹ ਗੱਲ ਸੱਚੀ ਗੱਲ ਹੈ ਥਾਂ ਛੋਟਾ ਪੈ ਜਾਂਦਾ ਤੇ ਜਦੋਂ ਸਰ ਟਰਾਫੀਆਂ ਲੈ ਕੇ ਆਉਂਦਾ ਹੁੰਦਾ ਸੀ ਚਲੋ ਹੁਣ ਤਾਂ ਸਰ ਬਾਹਲੀਆਂ ਹੋ ਗਈਆਂ ਕਬੱਡੀ ਪ੍ਰਮੋਟਰਾਂ ਜਾਂ ਕਬੱਡੀ ਪਲੇਅਰਾਂ ਦੇ ਜਾਂ ਕਮੈਂਟਰ ਦਾ ਵੀ ਅਮਰੀਕ ਕੋਸਾ ਕੋਟ ਦੇ ਸਰ ਪਿਛਲੇ ਦਿਨ ਉਹਨਾਂ 'ਤੇ ਵੀ ਹਮਲਾ ਹੋਇਆ ਸਰ ਮੈਂ ਕਹਿੰਦਾ ਇਹਨਾਂ ਚੀਜ਼ਾਂ ਤੋਂ ਦੂਰੇ ਰਹੀਏ ਤੇ ਕਿਹੜੀ ਚੀਜ਼ ਤੁਸੀਂ ਇਹ 'ਚ ਐਡ ਕਰਨਾ ਚਾਹੋਗੇ ਮੈਂ ਚਾਹੁੰਦਾ ਜੀ ਜਿੱਦਾਂ ਮਤਲਬ ਕਿ ਆਪਣੇ ਬੰਦੇ ਆ ਜਿਹੜੇ ਖੇਡਦੇ ਆ ਸਰ ਆਪਣੇ ਤਾਂ ਹੁੰਦਾ ਸਾਡੇ ਪਿੰਡ ਟੂਰਨਾਮੈਂਟ ਹੁੰਦਾ ਆਪਾਂ ਕਹਿੰਦੇ ਆਪਾਂ ਵੱਡਾ ਟੂਰਨਾਮੈਂਟ ਕਰਾਈਏ ਅਤੇ ਹਾਂ ਵੀ ਸਰ ਆਪਾਂ ਵੱਡਾ ਟੂਰਨਾਮੈਂਟ ਕਰਾਈਏ ਆਪਾਂ ਤਕੜੇ ਤਕੜੇ ਪਲੇਅਰ ਸੱਦੀਏ ਆਪਣੇ ਏਰੀਏ 'ਚ ਕੋਈ ਇੱਦਾਂ ਨਹੀਂ ਚਾਹੁੰਦਾ ਕਿ ਹਾਂ ਵੀ ਸਾਡੇ ਪਿੰਡ ਕੋਈ ਤਕੜਾ ਪਲੇਅਰ ਹੋਵੇ ਆਪਾਂ ਪਿੰਡ ਦੇ ਪਲੇਅਰਾਂ ਦੇ ਪੈਸੇ ਲਾਈਏ ਅਤੇ ਸਾਨੂੰ ਹਿੰਮਤੀ ਲੋਕ ਜੰਗਲਾਂ ਵਿੱਚ ਵੀ ਸੂਰਜ ਦਾ ਪਰਛਾਵਾਂ ਲੱਭ ਲੈਂਦੇ ਨੇ ਹੁੰਦੇ ਨਹੀਂ ਕਿਸੇ ਦੇ ਅੱਗੇ ਕੋਡੇ ਦੋਸਤ ਆ ਜਿਨ੍ਹਾਂ ਦੀ ਜੇਬ ਵਿੱਚ ਮੰਜ਼ਿਲ ਦਾ ਸਰਨਾਮਾ ਹੁੰਦਾ ਹੈ ਉਹ ਕਦੇ ਘੁੱਟਦੇ ਨਹੀਂ ਕਿਸੇ ਦੇ ਮੋਢੇ ਦੋਸਤਾਂ ਬੈਠਾ ਕਿਉਂ ਹੈ ਉੱਦਮ ਕਰ ਜਿੱਥੋਂ ਤੱਕ ਰਸਤਾ ਨਜ਼ਰ ਆਉਂਦਾ ਉੱਥੋਂ ਤੱਕ ਤਾਂ ਚੱਲ ਫਿਰ ਤੇਰੀ ਹਿੰਮਤ ਦੇਖ ਕੇ ਮੰਜ਼ਿਲ ਆਪ ਟੇਕੇਗੀ ਤੇਰੇ ਅੱਗੇ ਗੋਡੇ ਦੋਸਤਾਂ ਮੰਜ਼ਿਲ ਆਪ ਟੇਕੇਗੀ ਤੇਰੇ ਅੱਗੇ ਗੋਡੇ ਦੋਸਤਾਂ ਪੀਵਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਦੋਸਤੋ ਹਿੰਮਤ ਦੀ ਗੱਲ ਕੀਤੀ ਹੈ ਉੱਦਮ ਦੀ ਗੱਲ ਕੀਤੀ ਔਰ ਅੱਜ ਤੁਹਾਨੂੰ ਅਜਿਹੇ ਨੌਜਵਾਨ ਨਾਲ ਮਿਲਾਉਣਾ ਜਿਸਨੇ ਛੋਟੀ ਉਮਰੇ ਬਹੁਤ ਉੱਦਮ ਕੀਤਾ ਬਹੁਤ ਹਿੰਮਤ ਕੀਤੀ ਹੈ ਅਤੇ 11 ਸਾਲ ਦੀ ਉਮਰ ਵਿੱਚ ਹੀ ਉਹ ਖੇਡ ਮੈਦਾਨ ਵਿੱਚ ਐਸਾ ਪਹੁੰਚਿਆ ਐਸਾ ਬੁਲਾਰਾ ਬਣਿਆ ਕਿ ਸਾਡੇ ਏਰੀਏ ਵਿੱਚ ਸਭਨਾਂ ਦਾ ਦਿਲ ਜਿੱਤ ਲਿਆ ਇਸ ਸਮੇਂ ਉਹ ਸਾਡੇ ਏਰੀਏ ਦਾ ਹਰਮਨ ਪਿਆਰਾ ਕਮੈਂਟੇਟਰ ਹੈ ਔਰ ਹਰ ਜਗ੍ਹਾ 'ਤੇ ਲੋਕ ਉਸਨੂੰ ਬੁਲਾਉਣਾ ਆਪਣਾ ਮਾਣ ਸਮਝਦੇ ਆ ਮੈਂ ਗੱਲ ਕਰ ਰਿਹਾ ਜੀ ਉੱਚੀ ਪੱਲੀਆਂ ਪਿੰਡ ਦੇ ਗੁਰੀ ਦੀ ਔਰ ਅੱਜ ਤੁਹਾਨੂੰ ਉਸਦੇ ਰੂਬਰੂ ਕਰਨਾ ਕਿਉਂਕਿ ਗੁਰੀ ਨੇ ਬਹੁਤ ਘੱਟ ਸਮੇਂ ਵਿੱਚ ਬਹੁਤ ਨਾਮ ਕਮਾਇਆ ਕਿਉਂਕਿ ਅਸੀਂ ਆਮ ਉਮਨ ਇਹ ਗੱਲ ਸੁਣਦੇ ਹਾਂ ਕਿ ਯਾਰ ਮੈਂ ਬੋਲ ਨਹੀਂ ਸਕਦਾ ਲੋਕ ਇਹੋ ਜਿਹੀ ਗੱਲਾਂ ਕਰਦੇ ਆ ਮੈਂ ਬੋਲ ਨਹੀਂ ਸਕਦਾ ਮੈਂ ਕਿਸੇ ਸਾਹਮਣੇ ਜਦ ਬੋਲਦਾ ਮੇਰੀ ਜ਼ਬਾਨ ਜਿਹੜੀ ਆ ਉਹ ਨੀਵੀਂ ਪੈ ਜਾਂਦੀ ਆ ਮੇਰੇ ਅੰਦਰੋਂ ਸ਼ਬਦ ਨਹੀਂ ਆਉਂਦੇ ਪਰ ਜਿਹੜੇ ਕਮੈਂਟੇਟਰ ਹੁੰਦੇ ਆ ਇਹ ਲਗਾਤਾਰ 7-7, 8-8 ਘੰਟੇ ਪਤਾ ਨਹੀਂ ਕਿੱਥੋਂ ਗੱਲਾਂ ਕੱਢਦੇ ਆ ਸਾਰੀਆਂ ਗੱਲਾਂ ਜਾਣਨ ਲਈ ਅੱਜ ਅਸੀਂ ਗੁਰੂ ਜੀ ਦਾ ਸਵਾਗਤ ਕਰਾਂਗੇ ਗੁਰੂ ਜੀ ਨੂੰ ਤੁਹਾਡੇ ਰੂਬਰੂ ਕਰਾਂਗੇ ਪਹਿਲਾਂ ਗੁਰੂ ਦਾ ਸਵਾਗਤ ਕਰਦੇ ਫਿਰ ਕਲਵਾਂਗੇ ਗੁਰੂ ਤੋਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਬਹੁਤ ਨਿੱਘਾ ਸਵਾਗਤ ਹੈ ਗੁਰੂ ਜੀ ਜੀ ਗੁਰੂ ਜੀ ਮੈਂ ਜਿਵੇਂ ਸਾਡੀ ਆਡੀਅੰਸ ਦੱਸ ਦਿੱਤਾ ਕਿ ਕਮੈਂਟੇਟਰ ਜਿਹੜੇ 7-7, 8-8 ਘੰਟੇ ਲਗਾਤਾਰ ਜਿਹੜੇ ਕਮੈਂਟਰੀ ਕਰਦੇ ਆ ਉਹਦੇ ਲਈ ਮਿਹਨਤ ਬਹੁਤ ਕਰਨੀ ਪੈਂਦੀ ਆ ਤੁਸੀਂ ਬਹੁਤ ਛੋਟੀ ਉਮਰ ਵਿੱਚ ਬਹੁਤ ਵੱਡੀ ਅਚੀਵਮੈਂਟਸ ਹਾਸਲ ਕੀਤੀਆਂ ਬਹੁਤ ਕੁਝ ਹਾਸਲ ਕੀਤਾ ਅੱਛਾ ਇਹ ਜਿਹੜਾ ਰੁਝਾਨ ਆ ਇਹ ਬੁਲਾਰਾ ਬਣਨ ਵਾਲੇ ਪਾਸੇ ਕਿਵੇਂ ਆ ਗਿਆ ਕਮੈਂਟੇਟਰ ਬਣਨ ਵਾਲੇ ਪਾਸੇ ਕਿਵੇਂ ਆ ਗਿਆ ਸਾਰਿਆਂ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜਿੰਨੇ ਵੀ ਮੇਰੇ ਦੋਸਤ ਮਿੱਤਰ ਦੇਖ ਰਹੇ ਆ ਮੈਂ ਸਾਰਿਆਂ ਨੂੰ ਦਿਲੋਂ ਧੰਨਵਾਦ ਕਰਦਾ ਤੇ ਸਰ ਜਿੱਦਾਂ ਆਪਾਂ ਅਕਸਰ ਕਈਆਂ ਦਾ ਹੁੰਦਾ ਸ਼ੌਂਕ ਗਾਇਕੀ ਵੱਲ ਹੁੰਦਾ ਕਈਆਂ ਦਾ ਸ਼ੌਂਕ ਪਲੇਅਰ ਬਣਨ ਨਾਲ ਹੁੰਦਾ ਸਰ ਮੈਂ ਜਿੱਦਾਂ ਸਾਡੇ ਪਿੰਡ 'ਚ ਟੂਰਨਾਮੈਂਟ ਖੇਡਦੇ ਹੁੰਦੇ ਸੀ ਮੁੰਡੇ ਮੈਂ ਜਾਂਦਾ ਹੁੰਦਾ ਸੀ ਪਿੰਡਾਂ 'ਚ ਖੇਡਣ ਅਤੇ ਸਾਡੇ ਪਿੰਡ ਦਾ ਮੁੰਡਾ ਹੀ ਕਹਿੰਦਾ ਯਾਰ ਤੂੰ ਗਾਇਕੀ ਕਰਦਾ ਤੂੰ ਵੀ ਮਾੜਾ ਮੋਟਾ ਬੋਲਿਆ ਅੱਛਾ ਤੁਸੀਂ ਪਹਿਲਾਂ ਗਾਉਂਦੇ ਸੀ ਹਾਂਜੀ ਸਰ ਅੱਛਾ ਤਾਂ ਪਹਿਲਾਂ ਸ਼ੌਂਕ ਸੀਗਾ ਘਰ ਦੇ ਜਿੱਦਾਂ ਗੁਰਬਾਣੀ ਕਰਦੇ ਸੀ ਫਿਰ ਹੌਲੀ ਹੌਲੀ ਸ਼ੌਂਕ ਗਾਉਣ ਵੱਲ ਪੈ ਗਿਆ ਅਤੇ ਗਾਉਣ ਲੱਗ ਪਏ ਅਤੇ ਉਹ ਕਹਿੰਦਾ ਤੂੰ ਬੋਲ ਲੈਣਾ ਗਾ ਲੈਣਾ ਥੋੜ੍ਹਾ ਬਹੁਤਾ ਇੱਧਰ ਨੂੰ ਆ ਬਾਹਲਾ ਅੱਗੇ ਤੱਕ ਜਾਏਗਾ ਸਰ ਮੈਂ ਮੈਚ ਦੇਖਣ ਲੱਗ ਪਿਆ ਮਾੜਾ ਮੋਟਾ ਬੋਲ ਲੈਂਦਾ ਸੀ ਪਿੰਡ ਸਾਰੇ ਟੂਰਨਾਮੈਂਟ ਹੋਇਆ ਅਤੇ ਮੈਂ ਪਿੰਡ ਜਦੋਂ ਬੋਲਣ ਲੱਗਾ ਅਤੇ ਇੱਕ ਬੰਦਾ ਆ ਕੇ ਕਹਿੰਦਾ ਯਾਰ ਬਾਹਲਾ ਵਧੀਆ ਬੋਲਦਾ ਤੂੰ ਅੱਛਾ ਅਤੇ ਸਾਡੇ ਪਿੰਡ ਕਹਿੰਦਾ ਟੂਰਨਾਮੈਂਟ ਹੁੰਦਾ ਤੂੰ ਆਈ ਸਾਡੇ ਅੱਛਾ ਮੈਂ ਕਿਹਾ ਜ਼ਰੂਰ ਭਾਈ ਜ਼ਰੂਰ ਆਵਾਂਗੇ ਲੰਗੇਰੀ ਪਿੰਡ ਬੰਗਿਆਂ ਨਾਲ ਪੈਂਦਾ ਅਤੇ ਉਦੋਂ ਸਾਡੇ ਕੋਲ ਸਾਧਨ ਨਹੀਂ ਹੁੰਦਾ ਹੈਗਾ ਅੱਛਾ ਅਤੇ ਮੈਂ ਕਿਹਾ ਜ਼ਰੂਰ ਆਊਂਗਾ ਮੈਂ ਲੰਗੇਰੀ ਪਿੰਡ ਮੈਨੂੰ ਫੋਨ ਆਇਆ ਉਹਦਾ ਸਵੇਰੇ ਹਾਜ਼ਰੇ ਹੋਏ ਮੈਂ ਫੋਨ ਚੱਕਿਆ ਅਤੇ ਕਹਿੰਦਾ ਸਾਡੇ ਪਿੰਡ ਭਾਈ ਟੂਰਨਾਮੈਂਟ ਦੇ ਨਾਲ ਗੱਲ ਕੀਤੀ ਸੀ ਤੂੰ ਆਇਆ ਮੈਂ ਕਿਹਾ ਚਲੋ ਜ਼ਰੂਰ ਆਉਣਾ ਮੈਂ ਬਾਈ ਤੁਰ ਪਿਆ ਚਲੋ ਸਾਈ ਸੂਈ ਮਿਲ ਗਈ ਸੀ ਕਿ ਸਿੱਧਾ ਵੈਸੇ ਹੀ ਵਧਾਈ ਸੀ ਵੈਸੇ ਪਿਆਰੇ ਸੀ ਕਿ ਹਾਂ ਵੀ ਸਾਨੂੰ ਸੱਦਿਆ ਯਾਰ ਅਤੇ ਉਹ ਕਹਿੰਦਾ ਬਾਈ ਸੇਵਾ ਕਿ ਨਹੀਂ ਲਊਂਗਾ ਮੈਂ ਕਿਹਾ ਯਾਰ ਬਾਈ ਸੇਵਾ ਸਾਨੂੰ ਕਦੇ ਪਤਾ ਨਹੀਂ ਹੁੰਦਾ ਯਾਰ ਪੈਸੇ ਵੀ ਮਿਲਣੇ ਆ ਮੈਂ ਕਿਹਾ ਪਿਆਰ ਨਾਲ ਦਿਆ ਮੈਂ ਕਿਹਾ ਯਾਰ ਬਾਈ ਕੀ ਲੈਣਾ ਸਾਡੇ ਬਾਪੂ ਜੀ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਆ ਕਿ ਜਿੱਦਾਂ ਮਤਲਬ ਕਿ ਪਿਆਰ ਲੈਣਾ ਬਹੁਤ ਵੱਡੀ ਗੱਲ ਪੈਸਾ ਹਰੇਕ ਕੋਈ ਕਮਾ ਲੈਂਦਾ ਮੈਂ ਕਿਹਾ ਨਾ ਬਾਈ ਯਾਰ ਜਿੰਨੇ ਦੇਣੇ ਦੇ ਦਿਓ ਤੁਸੀਂ ਬਾਕੀ ਪਹੁੰਚੂਗਾ ਅੱਛਾ ਆਪਣੇ ਪਿਆਰ ਨਾਲ ਜਿੰਨੇ ਦਿਨ ਦੇ ਦਿਓ ਮੈਂ ਡਿਮਾਂਡ ਨਹੀਂ ਕੋਈ ਰੱਖੀ ਹਾਂ ਡਿਮਾਂਡ ਨਹੀਂ ਰੱਖੀ ਮੈਂ ਕਿਹਾ ਮੈਂ ਪਹੁੰਚੂਗਾ ਬਾਈ ਕਿਉਂਕਿ ਬੰਦੇ ਦਾ ਬਸ ਪਿਆਰ ਹੀ ਜੇ ਤੇ ਰਹਿੰਦਾ ਪਿਆਰ ਕਰਕੇ ਆਉਂਦੇ ਬਾਈ ਮੈਂ ਪਹੁੰਚੂਗਾ ਮੈਂ ਕਿਹਾ ਠੀਕ ਆ ਬਾਈ ਮੈਂ ਤੁਰ ਪਿਆ ਬੱਸੇ ਚੜਿਆ ਬੰਗਿਆ ਆ ਗਿਆ ਅਤੇ ਮੈਂ ਹੌਲੀ ਹੌਲੀ ਲਿਫਟਾਂ ਲੈਂਦਾ ਪਹੁੰਚ ਗਿਆ ਅਤੇ ਬੰਦਾ ਕਹਿੰਦਾ ਲਿਫਟਾਂ ਲੈ ਕੇ ਪਹੁੰਚੇ ਲਿਖਣਾ ਲੱਗੇ ਉਹ ਕਹਿੰਦਾ ਕਿੱਥੇ ਆ ਗਿਆ ਮੈਂ ਕਿਹਾ ਯਾਰ ਬਾਈ ਪਹੁੰਚਦਾ ਕਹਿੰਦਾ ਕਿੱਥੇ ਮੈਂ ਪੈਟਰੋਲ ਪੰਪ ਕੋਲ ਪਹੁੰਚ ਗਿਆ ਲੰਗੇਰੀ ਕੋਲ ਕਹਿੰਦਾ ਮੈਂ ਪੈਟਰੋਲ ਪੰਪ ਹੀ ਆਪਣਾ ਤੂੰ ਬਹਿ ਜਾ ਮੈਂ ਗਿਆ ਮੈਂ ਕਿਹਾ ਬਾਈ ਉਹ ਮੁੰਡੇ ਦਾ ਫੋਨ ਆਇਆ ਸੀ ਮੈਂ ਉੱਥੇ ਟੂਰਨਾਮੈਂਟ ਬੋਲਣ ਜਾਣਾ ਉਹਨਾਂ ਨੇ ਬਿਠਾਇਆ ਮੈਨੂੰ ਜੂਸ ਲੈ ਕੇ ਆਏ ਮੈਂ ਕਿਹਾ ਯਾਰ ਵਾਹ ਵੀ ਵਾਹ ਗੁਰੀ ਹਾਲੇ ਤੱਕ ਪਤਾ ਨਹੀਂ ਸੀ ਅੱਜ ਮੈਨੂੰ ਜੂਸ ਮਿਲਦਾ ਪਹਿਲਾ ਐਕਸਪੀਰੀਅੰਸ ਹੀ ਬਹੁਤ ਅੱਛਾ ਰਿਹਾ ਤੇ ਮੈਂ ਜੂਸ ਮਿਲਿਆ ਅੰਦਰੋਂ ਮਾਣ ਹੁੰਦਾ ਬਾਈ ਤੇ ਮੁੰਡਾ 2 ਮਿੰਟ ਰੁਕੇ ਬੰਦਾ ਗੱਡੀ ਲੈ ਕੇ ਆ ਗਿਆ ਮੈਨੂੰ ਗੱਡੀ 'ਚ ਮੈਂ ਪਹਿਲੀ ਸੀਟ 'ਤੇ ਬੈਠਾ ਅੰਦਰੋਂ ਸੋਚੀ ਆਵਾਂ ਯਾਰ ਗੁਰੀ ਹਾਲੇ ਤਾਂ ਬੜੀ ਛੇਤੀ ਸ਼ੁਰੂਆਤਾਂ ਸ਼ੁਰੂਆਤਾਂ ਕਿ ਹਾਲੇ ਤਾਂ ਸ਼ੁਰੂਆਤਾਂ ਮੈਂ ਤੇਰਾ ਰੱਬ ਦੇ ਬਖਸ਼ੇ ਤਾਜ ਦੀਆਂ ਬੜੀਆਂ ਲੰਮੀਆਂ ਰਾਹਾਂ ਨੇ ਇਸ ਤੋਂ
ਜਦੋਂ ਮੈਂ ਗਿਆ ਮੈਂ ਬੋਲਣ ਲੱਗਾ ਉੱਥੇ ਮਾਲਕ ਤੇ ਮੈਂ ਉੱਥੇ ਮਾਲਕ ਦਾ ਸ਼ੁਕਰ ਕੀਤਾ ਤੇ ਸ਼ੁਰੂ ਬੋਲਣਾ ਸ਼ੁਰੂ ਕਰਤਾ ਬੋਲਿਆ ਇੱਕ ਮੈਚ ਨਿਕਲ ਗਿਆ ਦੂਆ ਮੈਂ ਸ਼ੁਰੂ ਕਰਨ ਲੱਗਾ ਉੱਥੇ ਬੰਦਾ ਆਇਆ ਇੱਕ ਭਿੰਦਾ ਕੰਬਾਈਨ ਵਾਲਾ ਉਹਦਾ ਨਾਂ ਸੀ ਭਿੰਦਾ ਕੰਬਾਈਨ ਵਾਲਾ ਉਹ ਆਇਆ ਉਹਨੇ ਮੈਨੂੰ ਪਰਚੀ ਦਿੱਤੀ ਅਤੇ ਮੈਨੂੰ 50 ਰੁਪਏ ਫੜਾਤੇ ਉੱਥੇ ਲਿਖਿਆ ਸੀ ਬੰਦਾ ਕੰਬਾਈਨ ਵਾਲਾ ਉਹਨੇ 50 ਰੁਪਏ ਹੁਣ ਅਕਸਰ ਸਾਰਿਆਂ ਨੂੰ ਪਤਾ ਹੁੰਦਾ ਕਿ ਪਰਚੀ ਦਿੱਤੀ ਭਾਈ ਨਾ ਬੋਲਣ ਦਿੱਤੇ ਨਾਲੇ 50 ਰੁਪਏ ਦਿੱਤੇ ਮੈਨੂੰ ਦਿੱਤੇ ਆ ਅਤੇ ਮੈਂ ਪੈਸੇ ਜੇਬ 'ਚ ਪਾ ਲਏ ਮੈਂ ਬੰਦਾ ਕੰਬਾਈਨ ਵਾਲਾ ਬੋਲਤਾ 2 ਮਿੰਟ ਬਾਅਦ ਫਿਰ ਆਇਆ ਪੈਸੇ ਲੈ ਕੇ ਮੈਂ ਫਿਰ ਬੋਲਤਾ ਉਹ ਆਇਆ ਕਰੇ ਪੈਸੇ ਪਾ ਦਿਆ ਕਰੇ ਜੇਬ 'ਚ ਮੈਂ ਬੋਲੀ ਗਿਆ ਅਤੇ ਫਿਰ ਆ ਜਿਆ ਕਰੇ ਅਤੇ ਮੈਂ ਕਿਹਾ ਯਾਰ ਪੈਸੇ ਬੰਦਾ ਜ਼ਿਆਦਾ ਮਾਣ ਕਰਦਾ ਅਤੇ ਮੈਂ ਸ਼ੇਅਰ ਜਿਹਾ ਬੋਲਤਾ ਮੈਂ ਕਿਹਾ ਬਿੰਦਾ ਆਇਆ ਕੰਬਾਈਨ ਵਾਲਾ ਚੱਲਦਾ ਫਿਰਦਾ ਏਟੀਐਮ ਹੈ ਭਰਾ ਸਾਡਾ ਪੁੱਜਿਆ ਅਤੇ ਉਹ ਹੋਰ ਪੈਸੇ ਪਾ ਦਿਆ ਕਰੇ ਅਤੇ ਮੈਂ ਗਿਆ ਤਾਂ ਸਿਰਫ ਉਹਦੇ ਪਿਆਰ ਕਰਕੇ ਦੂਏ ਬੰਦੇ ਦੇ ਸੀਗਾ ਜਿਹੜੇ ਪਿੰਡ ਸੱਦਿਆ ਸੀ ਅਤੇ ਮੈਂ ਜਦੋਂ ਸ਼ਾਮ ਨੂੰ ਮੈਨੂੰ ਮਾਣ ਸੀਗਾ ਕਿ ਹਾਂ ਵੀ ਉਹਨਾਂ ਨੇ ਮੈਨੂੰ ਸੱਦਿਆ ਸ਼ਾਮ ਨੂੰ ਉਹਨੇ ਮੈਨੂੰ ਜਿਹੜਾ ਪਿੰਡ ਵਾਲੇ ਵੱਲੋਂ 500 ਰੁਪਇਆ ਮਿਲਣਾ ਸੀ ਮੈਨੂੰ ਇੱਦਾਂ ਸੀ ਯਾਰ ਉਹਨੇ ਪੈਸੇ ਮਾੜੇ ਮੋਟੇ ਦੇ ਦੇਣੇ ਆ ਸਾਡੇ ਪਿੰਡ 500 ਰੁਪਏ ਦਾ ਸਾਈਕਲ ਮਿਲਦਾ ਸੀ ਮਾਣ ਸੀਗਾ ਕਿ ਹਾਂ ਮੇਰਾ ਸਾਈਕਲ ਅੱਜ ਆ ਜਾਣਾ ਆ ਅਤੇ ਮੈਂ ਉੱਥੋਂ ਪੈਸੇ ਲਏ ਮੈਂ ਤੁਰ ਪਿਆ ਜਦੋਂ ਘਰੇ ਆ ਕੇ ਨਾ ਮੈਨੂੰ ਛੱਡ ਕੇ ਗਏ ਉਹ ਘਰੇ ਆ ਕੇ ਮੈਨੂੰ 500 ਰੁਪਏ ਦਾ ਵਾਲੀ ਖੁਸ਼ੀ ਮਾਨ ਨੂੰ ਕਿ ਹਾਂ ਵੀ ਅੱਜ ਮੈਂ ਪੁੱਜਿਆ ਮੈਨੂੰ ਸ਼ੀਲ ਦਿੱਤੀ ਛੋਟੀਆਂ ਨੇ ਮੈਨੂੰ 500 ਰੁਪਏ ਦਿੱਤਾ ਮੈਂ ਕਿਹਾ ਮੈਂ ਸਾਈਕਲ ਆ ਜਾਣਾ ਜਦੋਂ ਮੈਂ ਜੇਬ 'ਚੋਂ ਪੈਸੇ ਕੱਢੇ ਮੇਰਾ 6300 ਰੁਪਏ ਜੇਬ 'ਚੋਂ ਨਿਕਲਿਆ 6300 ਰੁਪਏ 6300 ਰੁਪਇਆ ਪਹਿਲੀ ਵਾਰ ਮੈਂ ਅੱਛਾ ਉਦੋਂ ਕਿੰਨੀ ਕਲਾਸ 'ਚ ਪੜ੍ਹਦੇ ਸੀ ਉਦੋਂ ਮੈਂ 11ਵੀਂ 'ਚ ਪੜ੍ਹਦਾ ਸੀ 11ਵੀਂ ਕਲਾਸ 'ਚ 6300 ਰੁਪਏ ਇਹ ਅਚੀਵਮੈਂਟ ਹੈ ਤੇ ਔਰ ਇਹ ਤੁਹਾਡੀ ਕਲਾ ਦਾ ਸਨਮਾਨ ਵੀ ਕੀਤਾ ਨਾ ਸਨਮਾਨ ਉਦੋਂ ਵਿੱਚ ਇੱਕ ਤਾਂ ਬੜਾ ਮਾਣ ਹੋ ਗਿਆ ਯਾਰ ਪਹਿਲੀ ਵਾਰੀ 6300 ਰੁਪਇਆ ਇੱਕ ਸਾਈਕਲ ਦੀ ਗੱਲ ਕੀਤੀ ਸੀ ਉਦੋਂ ਤਾਂ 6300 ਰੁਪਏ ਦਾ ਸੈਕਿੰਡ ਹੈਂਡ ਮੋਟਰਸਾਈਕਲ ਵੀ ਮਿਲ ਜਾਂਦਾ ਸੀ ਇਹ ਕਿੰਨੀ ਕੁ ਪੁਰਾਣੀ ਗੱਲ ਹੈ ਇਹ ਹੋ ਗਿਆ ਮੈਨੂੰ ਲੱਗਦਾ ਘੱਟੋ ਘੱਟ 4-5 ਸਾਲ ਹੋ ਗਏ 5 ਸਾਲ ਪੁਰਾਣੀ ਗੱਲ ਹੈ ਕੋਵਿਡ ਤੋਂ ਪਹਿਲਾਂ ਦੀਆਂ ਗੱਲਾਂ ਪਰ ਇਸ ਗੱਲੇ ਮੈਂ ਵੀ ਤੁਹਾਨੂੰ ਸ਼ਾਬਾਸ਼ ਦਿੰਦਾ ਮੇਰੇ ਤੋਂ ਤੁਸੀਂ ਉਮਰ 'ਚ ਬੜੇ ਛੋਟੇ ਹੋ ਕਿ ਦੇਖੋ 6300 ਰੁਪਇਆ ਪਹਿਲੀ ਵਾਰੀ ਮੁੰਡੇ ਨੂੰ ਮਿਲਿਆ ਜਦੋਂ ਪਹਿਲੀ ਵਾਰ ਕਿਤੇ ਪ੍ਰੋਗਰਾਮ ਕਰਨ ਗਏ ਆ ਐਜ਼ ਅ ਕਮੈਂਟੇਟਰ ਛੋਟੀ ਜਿਹੀ ਉਮਰ ਆ ਔਰ ਉਸ ਨੂੰ ਚੰਗੇ ਪਾਸੇ ਯੂਟੀਲਾਈਜ਼ ਕੀਤਾ ਕਹਿੰਦੇ ਸਾਈਕਲ ਲੈਣਾ ਆ ਜਾਂ ਮੋਰੇ ਇਹਨਾਂ ਨੇ ਕਿਤਾਬਾਂ ਵਗੈਰਾ ਖਰੀਦੀਆਂ ਨਸ਼ੇ ਵਾਲੇ ਪਾਸੇ ਨੇਗੇ ਸਾਨੂੰ ਸਿੱਖਣਾ ਚਾਹੀਦਾ ਕਿ ਦੇਖੋ ਮੁੰਡਾ ਦੇਖਣ ਨੂੰ ਵੀ ਕਿੰਨਾ ਸੋਹਣਾ ਅੱਛਾ ਮੈਂ ਗੁਰੂ ਦੀ ਇੱਕ ਹੋਰ ਗੱਲ ਕਰ ਦੇਵਾਂ ਸਾਡੇ ਪਿੰਡ ਵੀ ਟੂਰਨਾਮੈਂਟ ਸੀ ਪਿੰਡ ਮਹਿਰਮਪੁਰ ਮੈਨੂੰ ਨਹੀਂ ਸੀ ਉਦੋਂ ਪਤਾ ਕਿ ਗੁਰੂ ਕਮੈਂਟੇਟਰ ਉੱਥੇ ਪਹੁੰਚਿਆ ਹੋਇਆ ਜੇ ਗੁਰੂ ਦੀ ਤੁਸੀਂ ਫਿਜ਼ੀਕਲ ਅਪੀਅਰੈਂਸ ਦੇਖੋ ਤਾਂ ਬੜਾ ਯੰਗ ਹੈ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਪਰ ਜਦੋਂ ਇਹ ਕਮੈਂਟਰੀ ਕਰਦਾ ਜੇ ਅੱਖਾਂ ਬੰਦ ਕਰਕੇ ਸੁਣੋ ਤਾਂ ਐਂ ਲੱਗਦਾ ਕਿ ਜਿਵੇਂ 50-55 ਸਾਲ ਦਾ ਕੋਈ ਤਜਰਬੇਕਾਰ ਕਮੈਂਟੇਟਰ ਬੋਲਦਾ ਔਰ ਲਗਾਤਾਰ 7-7-8-8 ਘੰਟੇ ਗੁਰੀ ਜਿਹੜਾ ਕਮੈਂਟਰੀ ਕਰਦਾ ਗੁਰੀ ਕਿੰਨਾ ਕੁ ਰਿਆਜ਼ ਕਰਨਾ ਪੈਂਦਾ ਕਿੰਨੀਆਂ ਕੁ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਕਿਉਂਕਿ ਤੁੱਕ ਬੰਦੀ ਜਦੋਂ ਕਬੱਡੀ ਦੇ ਟੂਰਨਾਮੈਂਟ ਹੁੰਦੇ ਆ ਲਗਾਤਾਰ ਕਿੰਨੇ ਤੁਹਾਨੂੰ ਮੈਚ ਜਿਹੜੇ ਆ ਉਹ ਹੰਢਾਉਣੇ ਪੈਂਦੇ ਆ ਤਾਂ ਬਹੁਤ ਸਾਰੀ ਤੁਕਬੰਦੀ ਪਲੇਅਰਾਂ ਦੇ ਨਾਮ ਯਾਦ ਕਰਨੇ ਪੈਂਦੇ ਆ ਪ੍ਰਮੋਟਰਾਂ ਦੇ ਨਾਮ ਯਾਦ ਕਰਨੇ ਪੈਂਦੇ ਪ੍ਰਬੰਧਕ ਜਿਹੜੇ ਬੈਠੇ ਹੁੰਦੇ ਸਾਹਮਣੇ ਉਹਨਾਂ ਦੀ ਤਾਰੀਫ ਵੀ ਕਰਨੀ ਪੈਂਦੀ ਫਿਰ ਜਿਵੇਂ ਤੁਸੀਂ ਕਹਿੰਦੇ ਆਡੀਅੰਸ 'ਚ ਕੋਈ ਆ ਕੇ ਪੈਸੇ ਦੇ ਜਾਂਦਾ ਉਹ ਵੀ ਫਿਰ ਨਾਮ ਬੋਲਣਾ ਪੈਂਦਾ ਤਾਂ ਇੰਨੀ ਮਿਹਨਤ ਕਰਨ ਲਈ ਕਿੰਨਾ ਕੁ ਰਿਆਜ਼ ਕਰਨਾ ਪੈਂਦਾ ਸਰ ਇੱਦਾਂ ਆ ਕਿ ਹਾਂ ਵੀ ਲਗਾਤਾਰ ਬੋਲਣਾ ਪੈਂਦਾ ਆਵਾਜ਼ ਗਲੇ ਵੀ ਬਹਿ ਜਾਂਦੇ ਆ ਮਿਹਨਤ ਕਰਨੀ ਪੈਂਦੀ ਆ ਸਰ ਕਿ ਜਿੱਦਾਂ ਆਪਾਂ ਕਹਿ ਦਈਏ ਘਰੇ ਮੈਂ ਸ਼ੀਸ਼ਾ ਦੇਖਦਾ ਹੁੰਦਾ ਸ਼ੀਸ਼ੇ ਦੇਖ ਦੇਖ ਬੋਲੀ ਜਾਣਾ ਬੋਲੀ ਜਾਣਾ ਨਾਲ ਦੇ ਗੁਆਂਢੀ ਵਾਂਢੀ ਦਾ ਕੀ ਬੋਲਦਾ ਰਹਿੰਦਾ ਪਾਗਲ ਹੋ ਗਿਆ ਕਿਸੇ ਨੂੰ ਕੀ ਪਤਾ ਪਿੰਡਾਂ ਨੂੰ ਘੱਟ ਵੱਧ ਪਤਾ ਅੱਛਾ ਇਹ ਵੀ ਪ੍ਰੋਬਲਮ ਹੈ ਨਾ ਜੇ ਉਹ ਸਿੰਗਰ ਆ ਉਹ ਰਿਆਜ਼ ਕਰਦਾ ਆ ਤਾਂ ਉਹ ਭੈਰਵੀ 'ਚ ਗਾ ਰਿਹਾ ਦਰਬਾਰੀ 'ਚ ਗਾ ਰਿਹਾ ਉਹ ਮੱਧਮ ਜਿਹਾ ਗਾਲੂਗਾ ਜਾਂ ਪੰਚਮ 'ਤੇ ਗਾ ਰਿਹਾ ਜਿਹੜਾ ਕਮੈਂਟੇਟਰ ਜੇ ਉਹਨੇ ਰਿਆਜ਼ ਕਰਨਾ ਫਿਰ ਗੁਆਂਢੀ ਕੀ ਕਹਿਣਗੇ ਗੁਆਂਢੀ ਕਹਿੰਦੇ ਬੋਲੀ ਜਾਂਦਾ ਪਤਾ ਨਹੀਂ ਕੀ ਆਇਆ ਕਹਿੰਦੇ ਕੋਈ ਚੀਜ਼ ਆ ਗਈ ਜਿੱਦਾਂ ਪਿੰਡ ਦੀਆਂ ਬੜੀਆਂ ਹੁੰਦੀਆਂ ਕਹਿੰਦੇ ਉਹਨੂੰ ਚੀਜ਼ ਆ ਗਈ ਉਹ ਬਾਹਰ ਬਾਹਰ ਘੁੰਮਦਾ ਰਹਿੰਦਾ ਅੱਛਾ ਕਿਵੇਂ ਰਿਆਜ਼ ਕਿਵੇਂ ਕਰਦੇ ਮਾੜਾ ਸੁਣਾ ਦਈਏ ਜੀ ਆਡੀਅੰਸ ਨੂੰ ਰਿਆਜ਼ ਜੇ ਆਪਾਂ ਬਾਈ ਸ਼ੁਰੂ ਤੋਂ ਮੈਚ ਦਾ ਟੂਰਨਾਮੈਂਟ ਜਦੋਂ 11ਵੀਂ 'ਚ ਜਦੋਂ 6300 ਰੁਪਇਆ ਮਿਲਿਆ ਫਿਰ ਬੰਦਾ ਉਤਸ਼ਾਹਿਤ ਹੋ ਜਾਂਦਾ ਉਤਸ਼ਾਹਿਤ ਹੋ ਜਾਂਦਾ ਜੀ ਉਸ ਤੋਂ ਬਾਅਦ ਕਿੰਨਾ ਕੀ ਕਿਵੇਂ ਰਿਆਜ਼ ਕਰਦੇ ਸੀ ਅੱਜ ਮੈਂ ਮੈਚ ਦੇਖਣਾ ਸ਼ੁਰੂ ਕੀਤਾ ਕਿ ਜਿਹੜੇ ਮੇਰੇ ਤੋਂ ਸੀਨੀਅਰ ਬੁਲਾ ਰਹੇ ਆ ਨਾਮ ਆਦਾ ਅਮਰੀਕ ਖੋਸਾ ਜੀ ਰਪਿੰਦਰ ਜਲਾਲ ਵਰਗਿਆਂ ਦਾ ਨਾਮ ਆਦਾ ਸਾਡੇ ਬੇਲਾ ਬਾਈ ਆ ਉਹਨਾਂ ਨਾਮ ਦਾ ਅਰਸ਼ੀ ਰਹੀਮਾਬਾਦੀ ਕਿਵੇਂ ਰਿਹਰਸਲ ਕਿਵੇਂ ਕਰਦੇ ਸੀ ਰਿਹਰਸਲ ਮੈਂ ਦੇਖਦੇ ਕੇ ਬੋਲਦਾ ਤੇ ਇੱਕ ਮੁੰਡਾ ਮੈਂ ਉਦੋਂ ਦੀ ਗੱਲ ਜਦੋਂ ਮੈਂ ਪਹਿਲੀ ਵਾਰ ਮੈਚ ਬੋਲਿਆ ਸੀ ਸਾਡੇ ਇੱਦਾਂ ਹੁੰਦਾ ਸੀਗਾ ਮੈਂ ਮੈਚ ਥੋੜ੍ਹੇ ਦੇਖੇ ਸੀ ਉਹਨੇ ਛੱਕਾ ਮਾਰਿਆ ਕਹਿੰਦਾ ਯਾਰ ਮੈਂ ਛੱਕਾ ਮਾਰੂੰਗਾ ਨਾ ਤਾਂ ਉਦੋਂ ਇੱਦਾਂ ਕਰਨਾ ਲਲਕਾਰਾ ਜਾਂ ਮਾਨਾ ਬ੍ਰਰ ਮੈਂ ਕਿਹਾ ਠੀਕ ਆ ਬਾਈ ਉਦੋਂ ਨਹੀਂ ਪਤਾ ਸੀ ਤੇ ਉਹਨੇ ਛੱਕਾ ਮਾਰਤਾ ਮੈਨੂੰ ਨਹੀਂ ਬੋਲਣਾ ਆਉਂਦਾ ਉਹਨੇ ਛੱਕਾ ਮਾਰਿਆ ਮੈਨੂੰ ਕਹਿਣਾ ਨਾ ਪਏ ਮੈਂ ਬਿਜ਼ ਅੱਛਾ ਤੇ ਥੋੜ੍ਹਾ ਬਹੁਤ ਹੁੰਦਾ ਇਹੀ ਆਪਾਂ ਗੱਲ ਕਰਦੇ ਕਿ ਭਾਵੇਂ ਜਦੋਂ ਕੌਂਸ਼ੀਅਸ ਹੋ ਜਾਂਦਾ ਤੁਸੀਂ ਪਹਿਲਾਂ ਬਿਜ਼ ਬੁਰਰਾ ਵੀ ਨਹੀਂ ਕਿਹਾ ਮੁੜ ਕੇ ਹੁਣ 8-8 ਘੰਟੇ ਜਿਵੇਂ ਮਰਜ਼ੀ 9-11 ਕਰੋ ਹੰਬੀ ਜਾਓ ਮਤਲਬ ਹੱਕੀ ਜਾਓ ਇਹ ਹੰਬਦਾ ਨਹੀਂ ਆ ਮਿਹਨਤ ਕੀਤੀ ਆ ਕਿ ਮੈਂ ਜਿੱਦਾਂ ਮੈਂ ਬੋਲਦਾ ਹੁੰਦਾ ਅਕਸਰ ਕਿ ਮੈਂ ਗਿਆ ਨਾ ਕਿੱਥੋਂ ਭਲਵਾਨ ਰੱਜਦੇ ਮਿੱਤਰਾ ਜਹਾਜ਼ਾਂ ਨੂੰ ਨਹੀਂ ਰੋੜੇ ਵੱਜਦੇ ਕਿ ਕਦੇ ਨਾ ਪੜਾਕੂ ਮੂਹਰੇ ਅਰੇ ਡਿਗਰੀ ਚੋਰਾ ਮੂਹਰੇ ਅੜਦੇ ਨਾ ਜਾਂਦੇ ਸੋਹਣਿਆ ਮਾਵਾਂ ਦੀ ਜੋ ਛਾਤੀ ਵਿੱਚੋਂ ਮਿਲਦੀ ਦਲੇਰੀ ਉਹ ਪੈਕਟਾਂ ਦੁੱਧ ਕਿੱਥੋਂ ਦਿੰਦੇ ਸੋਹਣਿਆ ਮਾਵਾਂ ਦੀਆਂ ਦਲੇਰੀਆਂ ਮਿਲੀਆਂ ਹੁਣ ਹੌਸਲਾ ਹੋਵੇ ਘਰਦਿਆਂ ਦਾ ਤਾਂ ਬੰਦਾ ਕਿੱਥੋਂ ਅੱਛਾ ਘਰਦੇ ਸਪੋਰਟ ਕਰਦੇ ਸੀ ਸਵੀਰ ਚੜ ਪੂਰੀ ਕਦੀ ਘਰਦਿਆਂ ਨੇ ਰੋਕੇ ਟੋਕੇ ਤਾਂ ਨਹੀਂ ਕਿ ਨਹੀਂ ਗੁਰੀ ਇਹ ਕੰਮ ਨਹੀਂ ਕਰਨਾ ਨਹੀਂ ਘਰਦੇ ਸਪੋਰਟ ਪੂਰੀ ਕਰਦੇ ਘਰਦੇ ਨੂੰ ਮਤਲਬ ਕਿ ਪੂਰਾ ਭਰੋਸਾ ਆ
ਕਿੰਨੇ ਕੁ ਪਲੇਅਰਾਂ ਦੇ ਨਾਮ ਯਾਦ ਸੀ, ਪਲੇਅਰਾਂ ਬਾਰੇ ਪਤਾ ਸੀ ਕਿ ਯਾਰ ਇਹ ਫਲਾਨੇ ਪਿੰਡ ਦਾ, ਕਿ ਫਿਰ ਨਵਾਂ ਐਕਸਪੀਰੀਅੰਸ ਹੀ ਸੀਗਾ? ਨਵਾਂ ਐਕਸਪੀਰੀਅੰਸ ਸੀ, ਕਈ ਬੰਦਿਆਂ ਦਾ ਨਾਂ ਸੀ ਮੈਨੂੰ ਪਤਾ ਵੀ ਨਹੀਂ ਹੁੰਦਾ ਸੀ, ਅੱਛਾ ਇਹ ਸਟਾਰ ਖੜਾ ਹੈ ਅਤੇ ਉਹ ਮੈਨੂੰ ਆਪ ਆ ਕੇ ਕਹਿੰਦੇ ਹੁੰਦੇ ਸੀ ਕਿ ਹਾਂ ਵੀ ਯਾਰ ਮੈਂ ਆ ਬੰਦਾ, ਤੂੰ ਮੇਰਾ ਨਾਂ ਬੋਲ। ਮੈਂ ਕਿਹਾ ਹਾਂਜੀ ਹਾਂਜੀ ਬਾਈ, ਮੈਂ ਤੇ ਦੇਖਦਾ ਵੀ ਨਹੀਂ ਹੁੰਦਾ ਸੀ। ਮੈਂ ਕਿਹਾ ਠੀਕ ਆ ਬਾਈ ਤੁਸੀਂ ਆ, ਅੱਛਾ ਮੈਂ ਬਾਹਲਾ ਸੁਣਿਆ, ਕਈ ਕਈ ਵਾਰ ਝੂਠ ਵੀ ਬੋਲਣਾ ਪੈਂਦਾ ਸੀ ਬਾਈ, ਬਾਹਲਾ ਨਾਮ ਹੈ ਇੱਦਾਂ, ਫੇ ਹੋ ਜਾਂਦਾ ਹੋ ਜਾਂਦਾ। ਜਿਵੇਂ ਸਾਨੂੰ ਕਿਹਾ ਸੀ ਪਹਿਲੀ ਵਾਰ ਮਿਲ ਕੇ ਬਾਹਲਾ ਨਾਮ ਆ, ਉਹ ਵੀ ਵੈਂਟਰ ਹੀ ਸੀਗਾ? ਨਹੀਂ ਨਹੀਂ, ਉਹ ਤਾਂ ਬਾਈ ਪਤਾ ਹੀ ਆ ਸਾਰਿਆਂ ਨੂੰ, ਆਪਣੇ ਏਰੀਏ ਦੇ ਕਈ ਦੂਰੋਂ ਬਾਹਰ ਦੂਰੋਂ ਉਹ ਪਤਾ ਨਹੀਂ ਹੁੰਦਾ ਸੀ। ਕਈ ਕਈ ਵਾਰ ਫਿਰ ਮਿਹਨਤ ਕੀਤੀ, ਫਿਰ ਲਗਾਤਾਰ ਜਾਣਾ ਸ਼ੁਰੂ ਕੀਤਾ, ਫਿਰ ਹਰੇਕ ਦਾ ਨਾਂ ਚੇਤੇ ਆ ਗਿਆ, ਹਾਂ ਵੀ ਉਹੀ ਆ, ਫਿਰ ਪਿਆਰ ਭਰਾ ਵਾਂਗੂ ਪਿਆਰ ਪਿਆ। ਸੋ ਮਿਹਨਤ ਕਰਨੀ ਪੈਂਦੀ ਆ। ਫਿਰ ਪਲੱਸ ਟੂ ਪੜ੍ਹਾਈ ਪੂਰੀ ਕਰ ਲਈ? ਫਿਰ ਪੜ੍ਹਾਈ ਪੂਰੀ ਕਰ ਲਈ ਜੀ, ਫਿਰ ਲੋਕਡਾਊਨ ਲੱਗ ਗਿਆ, ਫਿਰ ਘਰੇ ਬਹਿ ਗਏ, ਫਿਰ ਥੋੜ੍ਹਾ ਫਿਰ ਟੂਰਨਾਮੈਂਟ ਸਾਡੇ ਚੱਲਦੇ ਰਹੇ, ਟੂਰਨਾਮੈਂਟ ਚੱਲਦੇ ਰਹੇ, ਫਿਰ ਮੈਂ ਕਿਹਾ ਲੱਗਾ ਯਾਰ ਹੁਣ ਇੱਧਰਲੇ ਪਾਸੇ ਨੂੰ ਆ ਗਏ ਹਾਂ, ਟੂਰਨਾਮੈਂਟ ਬੰਦ ਹੋ ਗਏ ਵਿੱਚ ਵਿਚਾਲੇ, ਯਾਰ ਕੰਮ ਔਖਾ ਹੋ ਗਿਆ ਘਰਦੇ ਕਹਿੰਦੇ, ਤਾਂ ਇਹ ਕੰਮ ਤਾਂ ਔਖਾ ਕਿਉਂਕਿ ਥੋੜ੍ਹੇ ਦਿਨ ਹੀ ਆ, ਸੀਜ਼ਨ ਦਾ ਸੀਜ਼ਨ ਹੁੰਦਾ ਆ। ਫਿਰ ਮੈਂ ਕਿਹਾ ਨਹੀਂ, ਫਿਰ ਬਾਬੇ ਨੂੰ ਮਿਹਰ ਕੀਤੀ, ਮੈਂ ਕਿਹਾ ਕੋਈ ਚੱਕਰ ਨਹੀਂ, ਫਿਰ ਹੌਲੀ ਹੌਲੀ ਟੂਰਨਾਮੈਂਟ ਸ਼ੁਰੂ ਹੋ ਗਏ, ਫਿਰ ਦੁਬਾਰਾ ਇੱਧਰ ਨੂੰ ਆ ਗਏ, ਹੁਣ ਦੁਬਾਰਾ ਫਿਰ ਸੀਜ਼ਨ ਸ਼ੁਰੂ ਆ ਲਗਾਤਾਰ। ਗੁਰੂ ਇੱਕ ਸਵਾਲ, ਮੈਂ ਜਿਵੇਂ ਤੁਹਾਨੂੰ ਸਾਡੇ ਪਿੰਡ ਵੀ ਦੇਖਿਆ ਸੀ, ਪਿੰਡ ਮਹਿਰਮਪੁਰ, ਉਹ ਸਟਾਈਲ ਤੁਸੀਂ ਐਂ ਮਾਈਕ ਫੜਦੇ ਆ ਜਿਵੇਂ ਹਮੇਸ਼ਾ ਸ਼ਮੀ ਐਂ ਕਰਾ, ਤੁਸੀਂ ਥੋੜ੍ਹਾ ਕੁ ਵਿੱਚ ਵਿਚਾਲੇ ਜਿਹਾ ਬੈਲੈਂਸ ਕਰ ਲੈਂਦੇ ਆ, ਉਹਦਾ ਕੀ ਕਾਰਨ? ਐਂ ਮਾਈਕ ਕਿਉਂ ਫੜਦੇ ਆ? ਬਿਲਕੁਲ ਬੁੱਲਾਂ ਦੇ ਨਾਲ ਹੁੰਦਾ ਮਾਈਕ, ਉਹਦਾ ਕੀ ਕਾਰਨ? ਆਵਾਜ਼ ਦਾ ਫਰਕ ਪੈਂਦਾ, ਜਦੋਂ ਆਪਾਂ ਕਈ ਗਾਉਂਦਾ ਸਰ ਸਿੱਧਾ ਗਾਉਂਦਾ ਥੱਲੇ ਰੱਖ ਕੇ ਗੱਲ, ਬੇਸ ਬਣ ਜਾਂਦਾ, ਬੇਸ ਬਣ ਜਾਂਦਾ ਵਾਕਿਆ ਬੇਸ। ਮਾੜਾ ਇੱਕ ਵਾਰੀ ਸੁਣਾ ਦਿਓ ਆਡੀਅੰਸ ਨੂੰ ਕਿਵੇਂ ਕਰਦੇ ਆ, ਸਮਝ ਲਓ ਕਿਸੇ ਨੇ ਜੱਫਾ ਲਾ ਲਿਆ, ਉਹ ਕਿਵੇਂ ਉਦੋਂ ਤੁਸੀਂ ਬੜਾ ਘੈਂਟ ਜਿਹਾ ਕੁਛ ਬੋਲਦੇ ਆ, ਇਹ ਹੱਲ 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 ਐ ਕਰ ਕੁਛ ਕਰਦੇ ਸੀ, ਕਹਿੰਦੇ ਸਰ ਜੱਬੋ ਵਾਲਾ ਮੁੰਡਾ ਆ, ਉਹ ਕਾਂਟੋ ਉਹਦਾ ਨਾ, ਕਾਂਟੋ ਜਦੋਂ ਗੱਡੀ ਮਾਦਾ, ਓਏ ਕਾਂਟੋ ਆ ਗਿਆ ਜੱਬ ਵਾਲੀਆ, ਲਓ ਧਰਤੀ ਮਾਂ ਨੂੰ ਟੇਕਿਆ ਮੱਥਾ, ਅੱਗੇ ਵਧਿਆ ਨੌਜਵਾਨ, ਚਾਰ ਜਣੇ ਤਿਆਰ ਆ, ਇੱਕ ਦੋ ਤਿੰਨ ਅਸੀਂ ਚਾਰ ਆ ਭਰਾ, ਔਰ ਜਿਹੜਾ ਚੰਗਾ ਲੱਗਦਾ ਤੂੰ ਉਹਨੂੰ ਹੱਥ ਲਾ, ਕਮਾਲ ਹੋ ਗਈ ਹੈ। ਸੋ ਸਰ ਗੱਲ ਕਹਿਣ ਦੇ ਸਿੰਪਲ ਆ, ਜੇ ਆਪਾਂ ਕਹਿ ਦਈਏ ਉਹ ਜਿਹਨੂੰ ਹੱਥ ਲਾ, ਫਿਰ ਇੱਕ ਇੱਕ ਲਹਿਜਾ ਵੀ ਅਪਣਾਉਣਾ ਪੈਂਦਾ, ਕਿਉਂਕਿ ਜਿਵੇਂ ਤੁਸੀਂ ਕੀਤਾ ਮੈਨੂੰ ਸੱਚੀ ਜੀ ਅੱਖਾਂ ਬੰਦ ਕਰਕੇ ਇਮੇਜਿਨ ਕਰ ਲਈ ਤਾਂ ਇਉਂ ਲੱਗਦਾ ਜਿਵੇਂ ਸੱਚੀ ਜੱਫਾ ਲੱਗਣ ਲੱਗਾ, ਉਹ ਮਹਿਸੂਸ ਕਰਾਉਣਾ ਬਹੁਤ ਜ਼ਰੂਰੀ ਹੈ। ਅੱਛਾ, ਇਹ ਜਿਹੜੀ ਚੇਂਜ ਆਈ ਹੈ ਤੁਹਾਡੀ ਫੀਲਡ ਵਿੱਚ, ਜਿਵੇਂ ਹੁਣ ਤੁਸੀਂ ਥੋੜ੍ਹਾ ਲਾਊਡ ਕਰਦੇ ਆ, ਇਹ ਐਕਸਾਈਟਮੈਂਟ ਬਣਾਉਣੀ ਕਿੰਨੀ ਕੁ ਜ਼ਰੂਰੀ ਹੈ? ਜੇ ਮਤਲਬ ਲੋ ਪਿੱਚ 'ਚ ਕਰੋ ਤਾਂ ਆਡੀਅੰਸ ਦਾ ਕਿਵੇਂ ਲਿੰਕ ਟੁੱਟ ਜਾਂਦਾ ਕਿਤੇ? ਨਹੀਂ ਸਰ, ਜਿੱਦਾਂ ਆਪਾਂ ਕਰੀਏ ਸਰ, ਲੋਕਾਂ ਨੂੰ ਜਿੱਦਾਂ ਮਤਲਬ ਕਿ ਜਿਹੜੇ ਦਰਸ਼ਕ ਵੀਰ ਸਾਡੇ, ਉਹਨਾਂ ਨੂੰ ਸਮਝਣਾ ਜ਼ਰੂਰੀ ਆ, ਕਿਉਂਕਿ ਜੇ ਆਪਾਂ ਸਰ ਕਈ ਬੰਦੇ ਆ ਕਿ ਹਾਂ ਯਾਰ ਕੀ ਕੰਨ ਖਾਈ ਜਾਂਦਾ, ਕਈ ਕਹਿੰਦੇ ਆ, ਅਤੇ ਕਈ ਆ ਕੇ ਕਹਿੰਦੇ ਆ ਯਾਰ ਬਾਹਲਾ ਵਧੀਆ ਬੋਲਦਾ, ਕਈ ਕਹਿੰਦੇ ਸਵਾਦ ਨਹੀਂ ਆਇਆ ਬਹੁਤ, ਜੇ ਕੋਈ ਹੌਲੀ ਬੋਲੇ। ਹਾਂਜੀ ਸਰ, ਖਿੱਚ ਕੇ ਬੋਲਣਾ ਪੈਂਦਾ, ਉਹਨੂੰ ਪਤਾ ਲੱਗੇ ਹਾਂ ਵੀ ਮੈਚ ਹੁੰਦਾ ਸਰ, ਸਾਡੇ ਸਿਰ ਤੇ ਹੁੰਦਾ, ਕਮੈਂਟਰਾਂ ਸਿਰ ਤੇ ਹੁੰਦਾ ਕਿ ਹਾਂ ਵੀ ਜਿਹੜੇ ਬੰਦੇ ਖੇਡਦੇ ਆ ਮੈਚ ਪਸਾਣਾ ਆ, ਮੈਚ ਸਿੰਪਲ ਰੱਖਣਾ, ਜੇ ਆਪਾਂ ਸਿੰਪਲ ਬੋਲੀ ਆਈ ਉਹਨਾਂ ਨੇ ਖੇਡੀ ਜਾਣਾ ਖੇਡੀ ਜਾਣਗੇ, ਜੇ ਆਪਾਂ ਖਿੱਚ ਕੇ ਪਲੇਅਰਾਂ 'ਚ ਵੀ ਜੋਸ਼ ਆਉਂਦਾ ਹੋਣਾ। ਹਾਂਜੀ ਸਰ, ਜੇ ਆਪਾਂ ਕਹਿ ਦਈਏ ਉਹ ਗੱਲ ਤੇਰੇ ਤੇ ਖੜੀ ਹੈ, ਤੇਰੇ ਤੇ ਖੜੀ, ਅਗਲਾ ਕਹਿੰਦਾ ਸੱਚੀ ਆ ਮੇਰੇ ਤੇ ਖੜੀ ਆ, ਚੱਕ ਲਿਆਂਗੇ ਚੱਕ ਲਿਆਂਗੇ, ਤਾਂ ਫੇਰ ਹੁੰਦਾ ਰਹਿੰਦਾ ਸਾਡੇ ਸਿਰ ਤੇ ਹੁੰਦਾ। ਫਿਰ ਮੈਂ ਕਿ ਸਾਰੇ, ਅੱਛਾ ਜੇ ਕਿਸੇ ਨੇ ਮੰਨ ਲਓ ਕਿਤੇ ਗੁੱਟ ਫੜ ਲਿਆ, ਜੇ ਹੁਣ ਤੁਸੀਂ ਉਹਦੀ ਤਾਰੀਫ ਕਰ ਰਹੇ ਆ ਕਿ ਇਹ ਗੁੱਟ ਛੱਡਦਾ ਨਹੀਂ, ਉਹ ਕਿਵੇਂ ਕਹੋਗੇ? ਮੰਨ ਲਓ ਕਿਹੜਾ ਹੋਇਆ ਗੁੱਟ ਹੈ ਕਿ 10 ਕੌਣ ਗੱਭਰੂ ਦਾ ਗੁੱਟ ਫੜ ਦੂ, ਬਾ ਫੜਨਾ ਕਿਸੇ ਨੂੰ ਤੇਰੀ ਮੈਂ ਨਹੀਂ ਦਿੰਦਾ, ਹਾਏ ਹਾਏ ਠੀਕ ਹੈ ਰਹਿੰਦੀਆਂ ਗੱਲਾਂ ਸਰ। ਫੇ ਇਦਾਂ ਆ, ਬੰਦੇ ਜੁੜਦੇ ਗਏ ਹੌਲੀ ਹੌਲੀ, ਨਾਮ ਬਣਦਾ ਗਿਆ ਸਰ, ਬਹੁਤੇ ਪਿਆਰ ਕਰਦੇ ਗਏ ਸਰ, ਬਾਕੀ ਬੰਦਾ ਮਿਹਨਤ ਕਰਦਾ ਰਹਿੰਦਾ ਹੌਲੀ ਹੌਲੀ ਅੱਗੇ ਤੱਕ ਜਾਂਦਾ ਰਹਿੰਦਾ, ਮਿਹਨਤ ਜ਼ਰੂਰੀ। ਅੱਛਾ ਗੁਰੀ, ਹੁਣ ਜਿਵੇਂ ਤੁਸੀਂ ਜਾਣਦੇ, ਮੈਂ ਪਹਿਲਾਂ ਵੀ ਸਵਾਲ ਪੁੱਛਿਆ ਤੁਹਾਨੂੰ ਕਿ ਤੁਹਾਡੀ ਜੌਬ ਬੜੀ ਟਫ ਹੈ, ਸਹੀ ਹੈ, ਤੁਸੀਂ ਪ੍ਰਬੰਧਕ ਪਹਿਲਾਂ ਖੁਸ਼ ਕਰਨੇ ਆ, ਪ੍ਰਬੰਧਕ ਵੀ ਫਿਰ ਆ ਕੇ ਪਰਚੀ ਫੜਾ ਦਿੰਦੇ ਕੰਨ 'ਚ, ਕਹਿੰਦੇ ਇਹਦਾ ਨਾਂ ਬੋਲਦੇ ਯਾਰ, ਆ ਬੰਦਾ ਪਿੱਛੇ ਬੈਠਾ, ਸਰਪੰਚ ਆ ਗਿਆ, ਪੰਚ ਆ ਗਿਆ, ਲੰਬੜਦਾਰ ਆ ਗਿਆ, ਚੇਅਰਮੈਨ ਆ ਗਿਆ, ਫਲਾਨੀ ਪਾਰਟੀ ਦਾ ਬੰਦਾ ਆ ਗਿਆ, ਉਹਨਾਂ ਨੂੰ ਪਹਿਲਾਂ ਸਨਮਾਨ ਦੇਣਾ, ਫਿਰ ਜਿਹੜੀ ਆਡੀਅੰਸ ਬੈਠੀ ਉਹਨਾਂ ਨੂੰ ਵੀ ਖੁਸ਼ ਕਰਨਾ, ਪਲੇਅਰਾਂ ਨੂੰ ਵੀ ਖੁਸ਼ ਕਰਨਾ, ਉਹਨਾਂ 'ਚ ਵੀ ਜੋਸ਼ ਭਰਨਾ, ਜਿਹੜੇ ਨਾਲ ਦੇ ਆਪਣੇ ਯਾਰ ਦੋਸਤ ਆਏ ਆ, ਠੀਕ ਹੈ, ਉਹਨਾਂ ਨੂੰ ਵੀ ਖੁਸ਼ ਕਰਨਾ, ਤੇ ਜਿਹੜੇ ਲਾਈਵ ਦੇਖਦੇ ਉਹਨਾਂ ਨੂੰ ਵੀ ਖੁਸ਼ ਕਰਨਾ, ਜਿਹੜੇ ਪ੍ਰਮੋਟਰ ਬਹਿ ਕੇ ਦੇਖ ਰਹੇ ਆ ਬਾਹਰ ਪ੍ਰਦੇਸ਼ਾਂ 'ਚ, ਉਹਨਾਂ ਦਾ ਵੀ ਨਾਂ ਲੈਣਾ, ਇਹਦਾ ਕਿੰਨਾ ਔਖਾ ਹੁੰਦਾ ਸਾਰਿਆਂ ਨੂੰ, ਮਤਲਬ ਇੱਕੋ ਪਾਸੇ ਬੈਲੈਂਸ ਕਰਨਾ, ਤੁਸੀਂ ਇਕੱਲੀ ਇੱਕ ਜਾਨ ਆ ਤੇ ਬਾਕੀ ਇੰਨੇ ਲੋਕਾਂ ਨੂੰ ਸੈਟੀਸਫਾਈ ਕਰਨਾ, ਉਹ ਕਿੰਨਾ ਔਖਾ ਹੁੰਦਾ, ਕਿਉਂਕਿ ਫਿਰ ਕਮੈਂਟ ਵੀ ਆ ਜਾਂਦੇ ਆ, ਕਮੈਂਟ ਇਹ ਸਰ, ਜਿੱਦਾਂ ਹੁਣ ਸੋਸ਼ਲ ਮੀਡੀਆ ਜ਼ਮਾਨਾ, ਜੇ ਕਿਤੇ ਕਿਸੇ ਵੱਲ ਗਲਤ ਪਾਸੇ ਬੋਲ ਪਏ, ਸਾਰੇ ਪਾਸੇ ਦੇਖਣਾ ਪੈਂਦਾ, ਇੱਦਾਂ ਨਹੀਂ ਇੱਕ ਟੀਮ ਦਾ ਆਪਾਂ ਨਾ ਬੋਲ ਤਾਂ ਦੂਜੀ ਦਾ ਬੋਲਿਆ ਨਹੀਂ ਸਰ, ਸਾਰੇ ਪਾਸੇ ਦੇਖਣਾ ਪੈਂਦਾ, ਲਾਈਵ ਵਾਲੇ ਭਰਾ ਵੀ, ਕਿਉਂਕਿ ਜੇ ਆਪਾਂ ਉਹਨਾਂ ਦਾ ਨਾ ਬੋਲਾਂਗੇ ਅਗਲੇ ਤਾਂ ਹੀ ਕਰਦੇ ਆ, ਫਿਰ ਉਹਨੂੰ ਅਸੀਂ ਕਹਿੰਦੇ ਹਾਂ ਕਿ ਯਾਦਾਂ ਦੇ ਸਹਾਰੇ ਲੰਘਦੀ ਆ ਜ਼ਿੰਦਗੀ, ਤੂੰ ਫੋਟੋਆਂ ਬਣਾਉਣ ਵਾਲੇ ਆ, ਸਿਰ ਤੇ ਆ ਭਰਾ ਚੱਲਦੇ ਰਹਿੰਦੇ ਆ, ਫਿਰ ਜੇ ਆਪਾਂ ਕਰੀਏ ਬਾਹਰਲੇ ਸਾਡੇ ਵੀਰ ਆ ਜਿਹੜੇ, ਤੇ ਹਾਂ ਵੀ ਉਹ ਫਲਾਨਾ ਮੁੰਡਾ ਉਹ ਰਾਮੂ ਆ ਬੈਠਾ ਵਿਦੇਸ਼ਾਂ 'ਚ, ਨਾਲੇ ਕਹਿੰਦਾ ਕਜੀਚੀਆਂ ਲਈ ਜਾਂਦਾ, ਕਹਿੰਦਾ ਜੇ ਮੈਂ ਹੁੰਦਾ ਪਿੰਡ ਗੱਲ ਹੋਰ ਹੋਣੀ ਸੀ, ਸਾਰਿਆਂ ਨੂੰ ਲੈਂਦੇ ਆ ਬਾਹਰ ਬੈਠੇ ਵੱਡੀ ਐਲਸੀਡੀ ਲਾ ਲੈਂਦੇ ਆ, ਫਿਰ ਸਰ ਸਾਰਿਆਂ ਨੂੰ ਖੁਸ਼ ਕਰਨਾ ਪੈਂਦਾ, ਕਿਉਂਕਿ ਜੇ ਅਸੀਂ ਸਾਰਿਆਂ ਨੂੰ ਖੁਸ਼ ਕਰਾਂਗੇ ਅਗਲੇ ਵੀ ਸਾਨੂੰ
ਇੱਦਾਂ ਹੋਇਆ ਕਦੀ ਹੋਇਆ ਕਿ ਬੰਦਾ ਅੱਗੇ ਤੁਹਾਨੂੰ ਜੱਫੀ ਪਾ ਕੇ ਮਿਲਿਆ ਹੋਵੇ ਕਿ ਯਾਰ ਗੁਰੀ ਸਿਰਾ ਲਾਤਾ ਪਹਿਲਾਂ ਤੁਹਾਨੂੰ ਡਰ ਲੱਗਦਾ ਹੋਵੇ ਕਿ ਯਾਰ ਇਹ ਲੜੂਗਾ ਸਹੀ ਸਹੀ ਆ ਮੁੜ ਕੇ ਉਹਨੂੰ ਜੱਫੀ ਪਾ ਲਈ ਕਿਉਂਕਿ ਸਾਡੇ ਨਾਲ ਕਈ ਵਾਰੀ ਇੱਦਾਂ ਹੁੰਦਾ ਕਿ ਪਹਿਲਾਂ ਬੰਦਾ ਔਖਾ ਹੋ ਕੇ ਦੇਖੀ ਜਾਊਗਾ ਜਦੋਂ ਅਸੀਂ ਮਾਈਕ ਬੰਦ ਕਰਦੇ ਅਗਲਾ ਕਹੂਗਾ ਯਾਰ ਮੈਂ ਤੁਹਾਡਾ ਬਹੁਤ ਫੈਨ ਹੈ ਫੋਟੋ ਖਿਚਾਉਣੀ ਬਹੁਤ ਬਹੁਤ ਵਾਰ ਕਿਉਂਕਿ ਸਰ ਚੱਲਦਾ ਰਹਿੰਦਾ ਜਦੋਂ ਆਪਾਂ ਜਾਈਦਾ ਆ ਕਈ ਵਾਰ ਬੰਦਾ ਜਾਣਦਾ ਨਹੀਂ ਹੁੰਦਾ ਕੋਈ ਉਹੀ ਮੁੰਡਾ ਬੋਲਦਾ ਹੋਣਾ ਕੋਈ ਜਦ ਵੀ ਸਰ ਕੋਈ ਗੱਲ ਵਧੀਆ ਲੱਗੇ ਅਗਲਾ ਨੂੰ ਚੰਗੀ ਲੱਗਦੀ ਆ ਜਿੱਦਾਂ ਇੱਕ ਪਿੰਡ ਟੂਰਨਾਮੈਂਟ ਬੋਲਦਾ ਸੀ ਇੱਥੇ ਆਪਣੇ ਮਾਲਪੁਰ ਅੜਕਾ ਤੇ ਉਹ ਮੁੰਡੇ ਦਾ ਚਾਚਾ ਆਇਆ ਸੀ ਉਹ ਕਹਿੰਦਾ ਮੇਰਾ ਚਾਚਾ ਆਇਆ ਹੁਣ ਮੈਨੂੰ ਪਤਾ ਨਹੀਂ ਸੀ ਕਿਹੜਾ ਚਾਚਾ ਉਹਦਾ ਮੈਨੂੰ ਪਤਾ ਨਹੀਂ ਸੀ ਉਹਦਾ ਕਿਹੜਾ ਚਾਚਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਚਾਚਾ ਤਾਂ ਦਾਦੇ ਕਿਹੜਾ ਆ ਪਹਿਲਾਂ ਚਾਚਾ ਤਾਂ ਮੈਨੂੰ ਘੂਰ ਹੀ ਗਿਆ ਤੇ ਉਹਦੇ ਬਾਰੇ ਮੈਂ ਬੋਲਿਆ ਮੈਂ ਕਿਹਾ ਰਵੀ ਖੇਡਦਾ ਹੈ ਰਵੀ ਖੇਡਦਾ ਰਵੀ ਸਿਆ ਤੇਰੇ ਚਾਚੇ ਤਾਏ ਵੀ ਆਏ ਆ ਜੋ ਵੀ ਪੁੱਜਿਆ ਜਿਹੜੇ ਤੈਨੂੰ ਚਾਚਾ ਕਹਿੰਦੇ ਹੋਣਗੇ ਤੇ ਗੱਲ ਕਿੰਨੀ ਵਧੀਆ ਆ ਜੇ ਆਪਾਂ ਕਹਦੀ ਰਵੀ ਦਾ ਚਾਚਾ ਆਇਆ ਬਾਈ ਧੰਨਵਾਦ ਆ ਸਿੰਪਲ ਆਪਾਂ ਕਹਿਣਾ ਕਿ ਰਵੀ ਸਿਆ ਤੇਰਾ ਚਾਚਾ ਆਇਆ ਜੋ ਵੀ ਪੁੱਜਿਆ ਜਿਹੜੇ ਤੈਨੂੰ ਚਾਚਾ ਕਹਿੰਦੇ ਹੋਣਗੇ ਗੱਲ ਬਦਲਾ ਕੇ ਗਈ ਉਹ ਆਇਆ ਯਾਰ ਕਹਿੰਦਾ ਵਾਹ ਕਮਾਲ ਆ ਬੰਦੇ ਲਈ ਇੱਕ ਯਾਦਗਾਰ ਬਣ ਜਾਂਦੀ ਆ ਉਹਦੇ ਲਈ ਮਾਹੌਲ ਬਣ ਜਾਂਦਾ ਉਹ ਮੁੰਡੇ ਨੇ ਗੱਲ ਕੀਤੀ ਸੀ ਐਵੇਂ ਬੜਾ ਚੰਗਾ ਲੱਗਾ ਉਹਨੇ ਅੱਗੇ ਜੱਫੀਆਂ ਪਾਈਆਂ ਤੇ ਸਰ ਰੱਬ ਦੇ ਰੰਗ ਕਈ ਫੈਨ ਵਾ ਕਈ ਕਈ ਵਾਰ ਲੱਗਦਾ ਸਰ ਜਦੋਂ ਜਾਈਦਾ ਯਾਰ ਗੁਰੀ ਆ ਭਾਜੀ ਬੋਲਦਾ ਬੋਲਦਾ ਬੜਾ ਦਿਲ ਨੂੰ ਸਕੂਨ ਮਿਲਦਾ ਯਾਰ ਸਾਨੂੰ ਵੀ ਕੋਈ ਸਤਿਕਾਰ ਮਿਲਦਾ ਹੈ ਚਲੋ ਤੁਸੀਂ ਮਿਹਨਤ ਵੀ ਕਰਦੇ ਹੋ ਅੱਛਾ ਇਹ ਤੁਕਬੰਦੀ ਬਣਾਉਣ ਲਈ ਕਿੰਨੀਆਂ ਕੁ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਜਾਂ ਕਿੰਨੇ ਕੁ ਗੀਤ ਸੁਣਦੇ ਹੋ ਤਾਂ ਮੈਂ ਕਈ ਵੇਲੇ ਸੁਣਿਆ ਤੁਸੀਂ ਜਿਹੜੇ ਗੀਤ ਜਿਹੜੇ ਬੀਟ ਵਾਲੇ ਆ ਬਹੁਤ ਤੇਜ਼ ਟੈਂਪੋ ਵਾਲੇ ਆ ਉਹਨਾਂ ਨੂੰ ਵੀ ਆਪਣੇ ਸਟਾਈਲ 'ਚ ਬੋਲਦੇ ਹੋ ਇਹ ਤਾਂ ਗੱਲ ਹੈ ਸਰ ਕਿਉਂਕਿ ਸਰ ਮੈਨੂੰ ਸਰ ਫੋਕ ਸੁਣਨਾ ਬਹੁਤ ਪਸੰਦ ਆ ਰਣਜੀਤ ਬਾਬਾ ਹੋ ਗਿਆ ਇਹਨੂੰ ਸਰ ਮੈਂ ਬਹੁਤ ਸੁਣਿਆ ਰਣਜੀਤ ਬਾਬੇ ਦੀ ਕੋਈ ਗੀਤਾਂ ਦੀ ਲਾਈਨ ਜੇ ਤੁਸੀਂ ਆਪਣੇ ਅੰਦਾਜ਼ 'ਚ ਬੋਲਣੀ ਹੋਵੇ ਰਣਜੀਤ ਬਾਬੇ ਦੀ ਜ਼ਿੰਦਗੀ ਤਬਾਹ ਨੇ ਕਰ ਦਿੰਦੀਆਂ ਮਾੜੇ ਬੰਦਿਆਂ ਨਾਲ ਲਾਈਆਂ ਯਾਰੀਆਂ ਕਿ ਜ਼ਿੰਦਗੀ 'ਚ ਬਹੁਤਾ ਚਿਰ ਰਹਿਣਾ ਭਾਈਆਂ ਵਾਜੋ ਕੈਮ ਸਰਦਾਰੀਆਂ ਕਿ ਜ਼ਿੰਦਗੀ ਤਬਾਹ ਨੇ ਕਰ ਦਿੰਦੀਆਂ ਮਾੜੇ ਬੰਦਿਆਂ ਨਾਲ ਲਾਈਆਂ ਯਾਰੀਆਂ ਬਹੁਤ ਵਧੀਆ ਗੱਲ ਆ ਸਰ ਕਿਉਂਕਿ ਆਪਾਂ ਮਾੜੇ ਕੰਮਾਂ 'ਚ ਪੈ ਜਾਂਦੇ ਨਾਲ ਦੀ ਨਾਲ ਤੁਸੀਂ ਸੇਧ ਵੀ ਦਿੰਦੇ ਰਹਿੰਦੇ ਆ ਅੱਛਾ ਆਪ ਤੁਸੀਂ ਕਿਤੋਂ ਪ੍ਰਭਾਵਿਤ ਆ ਕਿਤੋਂ ਪ੍ਰੇਰਿਤ ਆ ਸਰ ਜਦੋਂ ਮੈਂ ਬੋਲਣਾ ਸ਼ੁਰੂ ਕੀਤਾ ਸਰ ਆਰਸ਼ੀਆ ਬੰਦਾ ਸਰ ਸਾਡਾ ਬੜਾ ਵੀਰ ਉਸਤਾਦ ਸਾਡਾ ਰਹੀਮਾਬਾਦੀ ਆ ਉਹਨੇ ਸਰ ਮੇਰੀ ਬਾਂਹ ਫੜੀ ਨਹੀਂ ਤਾਂ ਸਰ ਨੱਪਣ ਵਾਲੇ ਆਪਣੇ ਏਰੀਆ 'ਚ ਬੰਦੇ ਬਹੁਤ ਸਾਡੇ ਏਰੀਆ 'ਚ ਵੀ ਬੰਦੇ ਬਹੁਤ ਬੋਲਦੇ ਸਰ ਨਾਮ ਕੀ ਸਾਨੂੰ ਬਹੁਤ ਨੱਪਣ ਵਾਲੇ ਇੱਥੇ ਹਰ ਫੀਲਡ 'ਚ ਕੋਈ ਨਾ ਕੋਈ ਮਿਲ ਜਾਂਦਾ ਪਿੰਡ ਵਾਲਾ ਨੱਪ ਲੈਂਦਾ ਉਹ ਤਾਂ ਹੀ ਸਿੱਧੂ ਮੂਸੇਵਾਲਾ ਕਹਿ ਕੇ ਨਾ ਤਰੱਕੀ ਕਰੂੰਗੇ ਤਾਂ ਪ੍ਰੋਬਲਮ ਹੈ ਉਹ ਤੁਰੇ ਫਿਰੋ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸਰ ਆਪਾਂ ਛੱਡੇ ਦਿੱਤਾ ਕਿ ਹਾਂ ਬਈ ਅਸੀਂ ਛੱਡ ਦਿੱਤਾ ਸੋਚਣਾ ਵਿਚਾਰਨਾ ਐਵੇਂ ਬਿਨਾਂ ਗੱਲੋਂ ਜਿੱਤਣਾ ਤੇ ਹਾਰਨਾ ਸਰ ਅਸੀਂ ਲੈ ਲਈਆਂ ਨੇ ਆਪ ਮੁੱਖ ਤਿਆਰੀਆਂ ਸਾਡਾ ਆਪ ਮਨ ਕਰੋ ਦਿਲ ਹਾਰਨਾ ਜਿੱਥੇ ਅਸੀਂ ਮਨ ਕਰਾਂਗੇ ਉੱਥੇ ਦਿਲ ਹਾਰਨਾਗੇ ਸਰ ਬਾਕੀ ਮਿਹਨਤ ਆ ਚੱਲਦੇ ਰਹਿਣਾ ਜਿਨ੍ਹਾਂ ਨੇ ਜੈ ਸਰ ਮਿਹਨਤ ਹੱਥ ਕਾਣਾ ਉਹਨੇ ਸਾਈਡ ਤੋਂ ਹੱਥ ਵੀ ਹੱਥ ਫੜ ਲੈਣਾ ਜਿਹਨੇ ਪੜ੍ਹਨਾ ਨਹੀਂ ਉਹਨੇ ਬਾਈ ਸਾਹਮਣੇ ਵੀ ਉਹੀ ਆ ਪਿੱਛੇ ਵੀ ਉਹੀ ਆ ਕਾਹਤੋਂ ਕਰਨੀਆਂ ਨੇ ਪਿੱਛੇ ਬਹਿ ਕੇ ਹੁਸ਼ਿਆਰੀਆਂ ਆਓ ਰਲ ਕੇ ਕਰੀਏ ਤਿਆਰੀਆਂ ਸਰ ਤਿਆਰੀਆਂ ਕਰੀਏ ਪਰ ਸਾਰਿਆਂ ਦਾ ਆਪਣਾ ਮਾਨਣਾ ਕਿ ਹਾਂ ਬਈ ਕੋਈ ਮੇਰੇ ਪਿੰਡ ਦੇ ਬੰਦੇ ਬਾਹਲੇ ਜਲਦੇ ਆ ਮੈਥੋਂ ਆਪਾਂ ਚਲੋ ਇੱਕ ਦਿਨ ਉਹ ਵੀ ਆਏਗਾ ਜਿੱਦਣ ਕਹਿਣਗੇ ਗੁਰੀ ਸਾਡੇ ਪਿੰਡ ਦਾ ਅੱਛਾ ਪ੍ਰਦੇਸ਼ਾਂ ਤੋਂ ਕਾਲਜ ਆਉਂਦੀਆਂ ਹਾਂਜੀ ਬਹੁਤ ਹੀ ਤੇ ਕਦੀ ਕਿਸੇ ਪ੍ਰਮੋਟਰ ਨੇ ਅਪਰੋਚ ਕੀਤੀ ਤੁਹਾਡੇ ਤੱਕ ਯਾਰ ਗੁਰੀ ਅਸੀਂ ਤੈਨੂੰ ਚਾਹੁੰਦੇ ਹਾਂ ਕਿ ਸਾਡੇ ਪ੍ਰਦੇਸ਼ ਵਿੱਚ ਸਾਡੀ ਕੰਟਰੀ ਵਿੱਚ ਇੱਥੇ ਟੂਰਨਾਮੈਂਟ ਹੋ ਰਿਹਾ ਅਸੀਂ ਚਾਹੁੰਦੇ ਕਿ ਗੁਰੀ ਤੂੰ ਵੀ ਇੱਥੇ ਆਵੇਂ ਸਰ ਸਾਡਾ ਵੱਡਾ ਵੀਰ ਆ ਬੇਲਾ ਚੌਹਾਨ ਗੁਣਾ ਚੌਰ ਤੋਂ ਵੇਟ ਲਿਫਟਰ ਸਾਡਾ ਵੀਰ ਰਾਸਾ ਮਿਆਰੇ ਮੈਨੂੰ ਮਿਲਿਆ ਬਣ ਨੂੰ ਬਾਹਲਾ ਪਿਆਰ ਕਰਦਾ ਉਹ ਪੁਰਾਣੇ ਵਾਲੀ ਬਾਂਹ ਫੜੀ ਆ ਹਰੇਕ ਪਾਸੇ ਲੈ ਕੇ ਜਾਂਦਾ ਕਿਤੇ ਵੱਡੇ ਟੂਰਨਾਮੈਂਟ ਸਰ ਸਾਡੇ ਏਰੀਏ ਦੇ ਵਿੱਚ ਟੂਰਨਾਮੈਂਟ ਫਿਰ ਜਹਾਜ਼ ਦੀ ਤਾਕੀ ਨੂੰ ਹੱਥ ਪੈ ਜੂ ਕਿ ਨਹੀਂ ਛੇਤੀ ਪੈ ਜੂ ਛੇਤੀ ਜੀ ਸਾਡਾ ਭਰਾ ਨਿਊਜ਼ੀਲੈਂਡ ਨੂੰ ਕਹਿੰਦਾ ਮੈਨੂੰ ਕਹਿੰਦਾ ਜ਼ਰੂਰ ਦਵਾਉਂਗਾ ਤੈਨੂੰ ਮੌਕਾ ਉਹ ਭਰਾ ਦੀ ਬਣੀ ਬਹੁਤ ਆ ਉਹ ਸਾਡਾ ਵੀ ਬੜਾ ਪਿਆਰ ਕਰਦਾ ਛੋਟੇ ਨਿਊਜ਼ੀਲੈਂਡ ਕਹਿ ਰਹੇ ਤੁਹਾਨੂੰ ਹਾਂਜੀ ਫੇ ਮੇਰੀ ਵੀ ਗੱਲ ਕਰੇ ਲਈ ਜ਼ਰੂਰ 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 ਮੇਰਾ ਵੀਰ ਠੀਕ ਹੈ ਚੱਲਦੇ ਰਵਾਂਗੇ ਹਾਂ ਵੇ ਇਹ ਸਾਡੇ ਮਿਹਨਤ ਜਾਰੀ ਆ ਹਜੇ ਤੱਕ ਬਹੁਤ ਹਲੇ ਤਾਂ ਸ਼ੁਰੂਆਤਾਂ ਮੇ ਤੇਰਾ ਰੱਬ ਦੇ ਬਖਸ਼ੇ ਤਾਜ ਦੀਆਂ ਬੜੀਆਂ ਲੰਮੀਆਂ ਰਾਹਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ਸਰ ਕਿਤਾਬਾਂ ਵੀ ਵਾਲੀਆਂ ਪੜ੍ਹਨੀਆਂ ਪੈਂਦੀਆਂ ਸਰ ਕਿਤਾਬਾਂ ਵੀ ਪੜ੍ਹਦੇ ਆ ਬਾਕੀ ਅੱਗੇ ਤੇ ਅੱਛਾ ਮਾਂ ਪਿਓ ਹੁਣ ਕਿੰਨੇ ਖੁਸ਼ ਹੈ ਕਿਉਂਕਿ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਨਜ਼ਰ ਆ ਰਹੀ ਹੋਣੀ ਕਿ ਗੁਰੀ ਨੂੰ 6-6 ਫੁੱਟ ਦੀਆਂ ਟਰੋਫੀਆਂ ਵੀ ਮਿਲੀਆਂ ਸਹੀ ਜ਼ਰੂਰ ਜੀ ਮਾਂ ਪਿਓ ਕਿੰਨਾ ਖੁਸ਼ ਹੁੰਦੀ ਹੈ ਤਾਂ ਘਰ ਵਿੱਚ ਥਾਂ ਛੋਟਾ ਪੈ ਜਾਂਦਾ ਤੇ ਟਰੋਫੀਆਂ ਆਈ ਜਾ ਰਹੀਆਂ ਸਹੀ ਇਹ ਗੱਲ ਸੱਚੀ ਗੱਲ ਹੈ ਥਾਂ ਛੋਟਾ ਪੈ ਜਾਂਦਾ ਤੇ ਜਦੋਂ ਸਰ ਟਰੋਫੀਆਂ ਲੈ ਕੇ ਆਉਂਦਾ ਹੁੰਦਾ ਸੀ ਚਲੋ ਹੁਣ ਤਾਂ ਸਰ ਬਾਹਲੀਆਂ ਹੋ ਗਈਆਂ ਤੇ ਪਿੰਡ ਦੇ ਮੁੰਡੇ ਉਹਨਾਂ ਨੂੰ ਪੜ੍ਹਾਈ 'ਚ ਨਹੀਂ ਮਿਲੀਆਂ ਚਲੋ ਇੱਥੇ ਆ ਗਈਆਂ ਨਹੀਂ ਪੜ੍ਹਾਈ 'ਚ ਵੀ ਸਰ ਮੈਂ ਬੜਾ ਪਿਆਰ ਸੀਗਾ ਅੱਛਾ ਪੜ੍ਹਾਈ 'ਚ ਵੀ ਮੈਂ ਸਰ ਮਾਡਲ ਵਾਲੇ ਪਾਸੇ ਟੈਕਨੀਕਲ ਵਾਲੇ ਪਾਸੇ ਬੜਾ ਵਧੀਆ ਸੀਗਾ ਅੱਛਾ ਨੈਸ਼ਨਲ ਸਰ ਮੈਂ ਲਾਈ ਆ ਮਾਡਲਿੰਗ ਅੱਛਾ ਸਾਇੰਸ ਦਾ ਮਾਡਲ ਲੈ ਗਿਆ ਸੀਗਾ ਓਕੇ ਨੈਸ਼ਨਲ ਸਾਇੰਸ ਦਾ ਮਾਡਲ ਕਲੀਅਰ ਕਰ ਦੋ ਮੁੰਡਾ ਸੋਹਣਾ ਦੇਖ ਕੇ ਨਾ ਸਮਝੋ ਕਿ ਵੈਸੇ ਮਾਡਲਿੰਗ ਕਰਦਾ ਠੀਕ ਹੈ ਸਾਇੰਸ ਦਾ ਮਾਡਲ ਲੈ ਗਿਆ ਸੀ ਸਰ ਮੈਨੂੰ ਨੈਸ਼ਨਲ ਲੱਗੀ ਆ ਇਦਾਂ ਇਹਨਾਂ ਕੰਮਾਂ 'ਚ ਤਾਂ ਬਹੁਤ ਮਿਲੀਆਂ ਸਰ ਇਹਨਾਂ ਕੰਮਾਂ ਸਮਾਂ ਕਿ ਜ਼ਿਆਦਾ ਮਿਲੀਆਂ ਪੜ੍ਹਾਈਆਂ ਜਿੱਧਰ ਹਲੇ ਵੀ ਘੱਟ ਆ ਅਤੇ ਜਦੋਂ ਮਿਲਦੀਆਂ 7-8 ਫੁੱਟ ਦੀ ਟਰੋਫੀ ਪਿੰਡ ਵਾਲੀ ਗੱਲਾਂ ਕਰਦੇ ਆ ਫਲਾਣੇ ਦਾ ਮੁੰਡਾ ਬਈ ਹਾਂ ਕਮਾਲ ਕਰ ਗਿਆ ਕਮਾਲ ਕਰ ਗਿਆ ਸੋ ਮਿਹਨਤ ਕਰੋ ਜੇ ਆਪਾਂ ਕਹਿ ਦਈਏ ਕਿ ਹਾਂ ਬਈ ਸਰ ਆਪਣੇ
ਕਿਉਂਕਿ ਹੁਣ ਕਬੱਡੀ ਨੂੰ ਵੀ ਕਿਤੇ ਨਾ ਕਿਤੇ ਬਦਨਾਮੀ ਮਿਲਦੀ ਜਾ ਰਹੀ ਹੈ ਕਿ ਇਹਦੇ ਵਿੱਚ ਨਸ਼ਾ ਆ ਗਿਆ ਜਾਂ ਹੁਣ ਆਪਾਂ ਨੰਗਲ ਅੰਬੀਆਂ ਦੀ ਦੇਖ ਲਈਏ ਸਿਚੁਏਸ਼ਨ ਕਿਹੋ ਜਿਹੀ ਬਣੀ ਕਿ ਗੋਲੀਆਂ ਆ ਗਈਆਂ ਕਬੱਡੀ ਵਿੱਚ ਵੀ ਗੋਲੀਆਂ ਜਿਹੜੀਆਂ ਆ ਗਈਆਂ ਉਹਦੇ ਕਰਕੇ ਮਾਂ ਪਿਓ ਦਾ ਦਿਲ ਥੋੜ੍ਹਾ ਡਰਦਾ ਉਹ ਕਹਿੰਦੇ ਕਿ ਜਵਾਕ ਨੂੰ ਬਾਹਰ ਕੱਢ ਦਈਏ ਯਾਰ ਪੰਜਾਬ 'ਚ ਰਹਿ ਕੇ ਕਿਤੇ ਜਵਾਕ ਸਾਡਾ ਤਰੱਕੀ ਨਾ ਕਰ ਜਾਵੇ ਇਹ ਮਾਂ ਪਿਓ ਡਰਨ ਲੱਗ ਪਏ ਤੁਸੀਂ ਅਗਰ ਤੁਹਾਡੀ ਸੋਚ ਨੂੰ ਅਗਰ ਮੌਕਾ ਮਿਲੇ ਤੁਸੀਂ ਕਬੱਡੀ 'ਚੋਂ ਕਿਹੜੀ ਚੀਜ਼ ਪਲੱਸ ਕਰਨਾ ਚਾਹੁੰਦੇ ਤੁਸੀਂ ਚਾਹੁੰਦੇ ਕਿ ਕਬੱਡੀ 'ਚ ਆਹ ਚੀਜ਼ ਮੈਂ ਪਲੱਸ ਕਰ ਦੇਵਾਂ ਕਿਹੜੀ ਚੀਜ਼ ਚਾਹੁੰਦੇ ਕਿ ਇਹਦੇ ਵਿੱਚ ਮਾਈਨਸ ਹੋ ਜਾਣੀ ਚਾਹੀਦੀ ਸਰ ਮੈਂ ਚਾਹੁੰਦਾ ਕਿ ਹਾਂ ਵੀ ਜਿਹੜੇ ਬੰਦੇ ਨਸ਼ਾ ਕਰਦੇ ਵੀ ਆ ਚੱਲ ਹੈ ਬਹੁਤੇ ਹੈਗੇ ਆ ਸਰ ਕਈ ਨਸ਼ਾ ਕਰਦੇ ਆ ਸਰ ਮੈਂ ਚਾਹੁੰਦਾ ਕਿ ਹਾਂ ਵੀ ਜੇ ਸਰ ਉਹ ਅਗਲਾ ਨਸ਼ਾ ਤਾਂ ਕਰਦਾ ਅਗਲਾ ਕਹਿੰਦਾ ਮੋਹਰੇ ਵਾਲਾ ਨਸ਼ਾ ਕਰਕੇ ਗਿਆ ਆ ਮੈਂ ਕਿਵੇਂ ਮੁਕਾਬਲਾ ਕਰ ਰਿਹਾ ਨਾ ਹਾਂਜੀ ਸਰ ਮੈਂ ਸਾਰਿਆਂ ਨੂੰ ਕਹਿੰਦਾ ਕਿ ਹਾਂ ਵੀ ਨਸ਼ੇ ਤੋਂ ਦੂਰ ਹੋ ਜੇ ਆਪਾਂ ਸਰ ਨਸ਼ੇ ਤੋਂ ਦੂਰ ਜਿੱਦਾਂ ਸਤਿੰਦਰ ਸਰਤਾਜ ਕਹਿੰਦਾ ਹੁੰਦਾ ਨਿਮਰਤਾ ਸਹਿਜਤਾ ਇਹ ਜ਼ਰੂਰੀ ਆ ਜੇ ਆਪਾਂ ਨਿਮਰਤਾ ਸਹਿਤ ਰੱਖਾਂਗੇ ਕੋਈ ਚੱਕਰ ਨਹੀਂ ਜਿੱਤ ਹਾਰ ਬਣੀ ਆ ਬਈ ਜਿੱਤ ਹਾਰ ਬਣੀ ਆ ਅੱਜ ਜਿੱਤਾਂ ਕੱਲ੍ਹ ਹਾਰਾਂਗੇ ਵੀ ਕਿ ਹਾਰਦੇ ਨਹੀਂ ਦੋਨਾਂ 'ਚ ਇੱਕ ਨੇ ਤਾਂ ਜਿੱਤਣਾ ਹੀ ਹਾਰਦੇ ਨਹੀਂ ਹੁੰਦੇ ਕਦੇ ਮਾਤ ਦੇ ਬਸ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਫਿਰ ਜੰਗ ਜ਼ਰੂਰੀ ਚਾਹੀਦੀ ਆ ਸਰ ਗੋਲੀਆਂ ਇੱਦਾਂ ਕਿ ਹਾਂ ਵੀ ਸਰ ਜਵਾਨ ਨਹੀਂ ਬੰਦੇ ਦੀ ਜਿੱਦਾਂ ਮਤਲਬ ਕਿ ਕਈ ਬੰਦੇ ਕਹਿੰਦੇ ਕਿ ਹਾਂ ਵੀ ਤੂੰ ਮੇਰੀ ਟੀਮ 'ਚੋਂ ਖੇਡਣਾ ਸਰ ਕਈ ਕਈ ਵਾਰ ਹੁੰਦਾ ਕਿ ਹਾਂ ਵੀ ਮੂਹਰੋਂ ਬੰਦਾ ਡਰਾਵਾ ਦੇ ਦਿੰਦਾ ਯਾਰ ਉਹਦੀ ਟੀਮ 'ਚ ਨਹੀਂ ਖੇਡਣਾ ਮੇਰੀ ਟੀਮ 'ਚ ਖੇਡਣਾ ਸਰ ਬੰਦਾ ਵਿੱਚ ਆ ਕੇ ਫਸ ਜਾਂਦਾ ਫਿਰ ਉਹ ਕਹਿੰਦਾ ਕਿ ਹਾਂ ਯਾਰ ਮੈਂ ਖੇਡਣਾ ਹੀ ਨਹੀਂਗਾ ਜਾ ਕੇ ਤੇ ਫਿਰ ਭੁੱਲ ਭੁਲੇ ਕੇ ਆ ਜਾਵੇ ਅਗਲਾ ਕਹਿੰਦਾ ਯਾਰ ਇੱਧਰ ਆ ਗਿਆ ਚੱਕ ਦੀਏ ਸਰ ਇਹ ਕੰਮ ਬਹੁਤ ਹੋ ਗਏ ਸਾਡੇ ਜ਼ਰੂਰੀ ਨਹੀਂ ਕਿ ਹਾਂ ਵੀ ਸਰ ਕਬੱਡੀ ਪ੍ਰਮੋਟਰਾਂ ਜਾਂ ਕਬੱਡੀ ਪਲੇਅਰਾਂ 'ਤੇ ਜਾਂ ਕਮੈਂਟਰ ਤਾਂ ਵੀ ਅਮਰੀਕ ਖੋਸਾਕੋਟ ਦਾ ਸਰ ਪਿਛਲੇ ਦਿਨ ਉਹਨਾਂ 'ਤੇ ਵੀ ਹਮਲਾ ਹੋਇਆ ਸਰ ਮੈਂ ਕਹਿੰਦਾ ਇਹਨਾਂ ਚੀਜ਼ਾਂ ਤੋਂ ਦੂਰੇ ਰਹੀਏ ਅਤੇ ਕਿਹੜੀ ਚੀਜ਼ ਤੁਸੀਂ ਇਹ 'ਚ ਐਡ ਕਰਨਾ ਚਾਹੋਗੇ ਮੈਂ ਚਾਹੁੰਦਾ ਜੀ ਜਿੱਦਾਂ ਮਤਲਬ ਕਿ ਆਪਣੇ ਬੰਦੇ ਆ ਜਿਹੜੇ ਖੇਡਦੇ ਆ ਸਰ ਆਪਣੇ ਤਾਂ ਹੁੰਦਾ ਤੁਹਾਡੇ ਪਿੰਡ ਟੂਰਨਾਮੈਂਟ ਹੁੰਦਾ ਆਪਾਂ ਕਹਿੰਦੇ ਆਪਾਂ ਵੱਡਾ ਟੂਰਨਾਮੈਂਟ ਕਰਾਈਏ ਅਤੇ ਹਾਂ ਵੀ ਸਰ ਆਪਾਂ ਵੱਡਾ ਟੂਰਨਾਮੈਂਟ ਕਰਾਈਏ ਆਪਾਂ ਤਕੜੇ ਤਕੜੇ ਪਲੇਅਰ ਸੱਦੀਏ ਆਪਣੇ ਏਰੀਏ 'ਚ ਕੋਈ ਇੱਦਾਂ ਨਹੀਂ ਚਾਹੁੰਦਾ ਕਿ ਹਾਂ ਵੀ ਸਾਡੇ ਪਿੰਡ ਕੋਈ ਤਕੜਾ ਪਲੇਅਰ ਹੋਵੇ ਆਪਾਂ ਪਿੰਡ ਦੇ ਪਲੇਅਰਾਂ ਦੇ ਪੈਸੇ ਲਾਈਏ ਅਤੇ ਸਾਨੂੰ ਚਾਹੀਦਾ ਪਰ ਸਾਡੇ ਪਿੰਡ ਵਾਲੇ ਨੇ ਜਿਹੜਾ ਮੁੰਡਾ ਮਾਈਕਲ ਆ ਉਹਦੀ ਬੜੀ ਸਪੋਰਟ ਕੀਤੀ ਕੋਸ਼ਿਸ਼ ਕੀਤੀ ਕਿ ਉੱਭਰੇ ਹੋਰ ਸਰ ਇਕੱਲਾ ਬੰਦਾ ਟੀਮ ਨਹੀਂ ਬਣਾ ਸਕਦਾ ਮੈਂ ਕਹਿੰਦਾ ਨਾਲ ਉਹਦੇ ਨਾਲ ਹੋਰ ਜੁੜਨ ਪਿੰਡ ਦੀ ਆਪਣੀ ਟੀਮ ਹੋਵੇ ਪਿੰਡ ਪਤਾ ਟੂਰਨਾਮੈਂਟ ਹੋਣਾ ਆਪਾਂ ਨਾ ਕਿਤੇ ਹੋਰ ਜਾਈਏ ਨਾ ਕੋਈ ਸਾਡੇ ਏਰੀਏ 'ਚ ਆਵੇ ਆਪਾਂ ਆਪਣੇ ਹਾਂ ਆਪਣੇ ਪਿੰਡ ਦੇ ਜਿਹੜੇ ਮੁੰਡੇ ਆ ਉਹਨਾਂ ਨੂੰ ਉਭਾਰੀਏ ਆਪਣੇ ਏਰੀਏ ਦੇ ਮੁੰਡਿਆਂ ਨੂੰ ਉਭਾਰੀਏ ਹੁਣ ਆਪਾਂ ਦੇਖ ਲਈਏ ਮੁਕਤਸਰ ਤੋਂ ਆਉਂਦੇ ਆ ਬੰਦੇ ਕੋਈ ਲੁਧਿਆਣੇ ਤੋਂ ਆਉਂਦਾ ਕਈ ਕਿਤੋਂ ਆਉਂਦਾ ਆਪਾਂ ਨਵਾਂ ਸ਼ਹਿਰ ਏਰੀਏ ਦੇ ਬੰਦੇ ਜ਼ਿਆਦਾ ਪਲੇਅਰ ਹੋਣੇ ਆਪਾਂ ਆਪਣੇ ਏਰੀਏ 'ਚ ਵੀ ਟੂਰਨਾਮੈਂਟ ਕਰਾ ਸਕਦੇ ਹਾਂ ਵੱਡੀ ਗੱਲ ਹੈ ਬਹੁਤ ਜ਼ਰੂਰੀ ਹੈ ਆਪਣੇ ਏਰੀਏ 'ਚ ਆਪਣੇ ਪਿੰਡ ਦੇ ਵਿੱਚ ਪਲੇਅਰਾਂ ਨੂੰ ਆਪਣੇ ਪਿੰਡ ਦੇ ਨਾਲ ਸਪੋਰਟ ਕਰੋ ਬਾਹਰਲਿਆਂ ਤਾਂ ਸਾਰੇ ਕਰੀ ਜਾਂਦੇ ਆ ਜੇ ਆਪਾਂ ਆਪਣੇ ਪਿੰਡ ਦੇ ਪਲੇਅਰਾਂ ਨੂੰ ਸਪੋਰਟ ਕਰਾਂਗੇ ਅਗਲੇ ਵੀ ਸਾਡਾ ਨਾਂ ਦਿਓ ਸਾਡੇ ਪਿੰਡ ਦੇ ਵੀ ਮਾਣ ਆ ਸਾਡੇ ਪਿੰਡ ਵਾਲੇ 'ਤੇ ਮਾਣ ਆ ਸੋ ਜ਼ਰੂਰੀ ਆ ਮਿਹਨਤ ਕਰਨੀ ਜ਼ਰੂਰੀ ਆ ਮਿਹਨਤ ਕਰਦੇ ਰਹੋ ਅਜੇ ਮੈਨੂੰ ਗੁਰੀ ਦੀ ਗੱਲ ਤੋਂ ਨਾ ਇੱਕ ਗੱਲ ਯਾਦ ਆ ਗਈ ਕਿਉਂਕਿ ਗੁਰੀ ਨੇ ਜਿਵੇਂ ਕਿਹਾ ਕਿ ਸਭ ਤੋਂ ਪਹਿਲਾਂ ਉਹ ਬੁਰਰਾ ਕਹਿਣਾ ਚਾਹੁੰਦੇ ਸੀ ਲੇਕਿਨ ਬਸ 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 ਹੋ ਗਿਆ ਤਾਂ ਉਹਦੇ ਕਰਕੇ ਇੱਕ ਮੈਨੂੰ ਗੱਲ ਯਾਦ ਆਈ ਕਹਿੰਦੇ ਕਿ ਜੇ ਤੁਹਾਡੇ ਅੰਦਰ ਕਮਜ਼ੋਰੀ ਹੈ ਜੇ ਕੋਈ ਕਹੇ ਤੁਹਾਡੇ ਅੰਦਰ ਕਮਜ਼ੋਰੀ ਹੈ ਤਾਂ ਉਸ ਤੋਂ ਕਰੀਓ ਨਾ ਇਨਕਾਰ ਦੋਸਤੋ ਪਰ ਜਿੰਨੀ ਤਾਕਤ ਹੈ ਤਾਕਤ ਸਾਰੀ ਇਕੱਠੀ ਕਰਕੇ ਉਸੇ ਕਮਜ਼ੋਰੀ 'ਤੇ ਕਰ ਦਿਓ ਵਾਰ ਦੋਸਤੋ ਉਸੇ ਕਮਜ਼ੋਰੀ 'ਤੇ ਕਰ ਦਿਓ ਵਾਰ ਦੋਸਤੋ ਕਿਉਂਕਿ ਤੁਸੀਂ ਜਦੋਂ ਨਾ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਫੇਲੀਅਰ ਵਿੱਚ ਹੋ ਉਸ ਸਮੇਂ ਤੁਸੀਂ ਸਿੱਖਦੇ ਹੋ ਕਿਉਂਕਿ ਸਕਸੈਸ ਹੋਣ ਤੋਂ ਬਾਅਦ ਤੁਸੀਂ ਕੋਸ਼ਿਸ਼ ਇਹ ਕਰਦੇ ਕਿ ਸਸਟੇਨ ਕਰ ਲਓ ਔਰ ਜਦੋਂ ਤੁਸੀਂ ਫੇਲੀਅਰ ਵਿੱਚ ਹੁੰਦੇ ਹੋ ਪੋਜੀਸ਼ਨ 'ਚ ਹੁੰਦੇ ਹੋ ਤੁਸੀਂ ਉਦੋਂ ਹੀ ਕੁਝ ਨਾ ਕੁਝ ਨਵਾਂ ਗੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉਹ ਗੁਰੂ ਜੀ ਕਹਿੰਦੇ ਬੰਦੇ ਨਾ ਕਹਿੰਦੇ ਕਿ ਜਿਹੜਾ ਦਰਵਾਜ਼ਾ ਆ ਉਹਨੂੰ ਖੜਕਾਈ ਜਾਓ ਖੜਕਾਈ ਜਾਓ ਕਿਸਮਤ ਦਾ ਦਰਵਾਜ਼ਾ ਨਾ ਕਹਿੰਦੇ ਉਹਨੂੰ ਖੜਕਾਈ ਜਾਓ ਪਤਾ ਨਹੀਂ ਕਿਹੜੇ ਵੇਲੇ ਖੁੱਲ੍ਹ ਜਾਣਾ ਤੁਹਾਡਾ ਤਾਂ ਵੈਸੇ ਅੱਧਾ ਖੁੱਲ੍ਹ ਗਿਆ ਜਿਹੜਾ ਰਹਿੰਦਾ ਉਹ ਮਾਲਕ ਨੇ ਹੋਰ ਖੋਲ੍ਹ ਦੇਣਾ ਅਤੇ ਜਿਹੜੇ ਦੇਖ ਰਹੇ ਆ ਮੈਂ ਉਹਨਾਂ ਨੂੰ ਜ਼ਰੂਰ ਅਪੀਲ ਕਰੂੰਗਾ ਕਿ ਸਾਡੇ ਜਿਹੜੇ ਏਰੀਏ ਦੇ ਨੌਜਵਾਨ ਆ ਜਿਹੜੇ ਚੰਗੇ ਸੁਜੱਜੇ ਆਪਣੇ ਕੰਮ ਨੂੰ ਬੜੀ ਨੇਕ ਦਿਲੀ ਅਤੇ ਇਮਾਨਦਾਰੀ ਨਾਲ ਕਰਦੇ ਉਹਨਾਂ ਦਾ ਸਾਥ ਅਸੀਂ ਹੋਰ ਦਈਏ ਜਿਵੇਂ ਗੁਰੀ ਹੋਣਾ ਨੇ ਕਿਹਾ ਕਿ ਅਸੀਂ ਆਪਣੇ ਏਰੀਏ ਦੇ ਨੌਜਵਾਨ ਨੂੰ ਥੋੜ੍ਹਾ ਉਭਾਰੀਏ ਤਾਂ ਹੀ ਸਾਨੂੰ ਬਾਕੀ ਵੀ ਅਸੈਪਟ ਕਰਨਗੇ ਜੇ ਅਸੀਂ ਅਸੈਪਟ ਨਹੀਂ ਕਰਾਂਗੇ ਤਾਂ ਬਾਕੀ ਕਿਵੇਂ ਸਾਥ ਦੇਣਗੇ ਸਹੀ ਸਹੀ ਹੈ ਸਰ ਜਿੱਦਾਂ ਆਪਾਂ ਕਹਿ ਦਈਏ ਕਿ ਹਾਂ ਵੀ ਨਵੇਂ ਸ਼ਹਿਰ ਏਰੀਏ 'ਚ ਆਪਾਂ ਦੂਸਰੇ ਏਰੀਏ 'ਚ ਬੋਲਣ ਜਾਂਦੇ ਹਾਂ ਉਹਨੇ ਕਹਿੰਦਾ ਕਿ ਹਾਂ ਵੀ ਯਾਰ ਤੂੰ ਆਪਣੇ ਏਰੀਏ 'ਚ ਤਾਂ ਕਦੇ ਬੋਲਿਆ ਨਹੀਂ ਹਾਂ ਆਪਣੇ ਬੰਦੇ ਨੂੰ ਬਾੜੀ ਯਾਰ ਦੂਈ ਹੁੰਦੀ ਕਿ ਹਾਂ ਯਾਰ ਸੱਚੀ ਇਹ ਤਾਂ ਗੱਲ ਹੈ ਸਰ ਮੈਂ ਇਹੀ ਗੱਲ ਕਹਿਣਾ ਆਪਣੇ ਏਰੀਏ ਦੇ ਪਲੇਅਰਾਂ ਨੂੰ ਆਪਣੇ ਏਰੀਆ ਦੇ ਸਿੰਗਰਾਂ ਨੂੰ ਜ਼ਰੂਰੀ ਨੇ ਕਿ ਹਾਂ ਵੀ ਕਮੈਂਟਰਾਂ ਨੂੰ ਜਿਹੜੇ ਮੁੰਡੇ ਵਧੀਆ ਪਰ ਆਪਣੇ ਨੂੰ ਕਹਿੰਦੇ ਜੇ ਕੋਈ ਸਿੰਗਰ ਗਾਣਾ ਕਰਦਾ ਕਹਿੰਦਾ ਆ ਤਾਂ ਇੱਥੇ ਫਿਰਦਾ ਇੱਦਾਂ ਨਹੀਂ ਚਾਹੀਦਾ ਸਾਡੇ ਪਿੰਡੇ ਫਿਰਦਾ ਹੁੰਦਾ ਇਹ ਗੱਲ ਹੋਰ ਹੋ ਜਾਂਦੀ ਉਹਦੇ ਟੈਲੈਂਟ ਨੂੰ ਸਪੋਰਟ ਕਰਨੀ ਚਾਹੀਦੀ ਜ਼ਰੂਰ ਸਪੋਰਟ ਕਰਨੀ ਚਾਹੀਦੀ ਆ ਜ਼ਰੂਰੀ ਨਹੀਂ ਕਿ ਹਾਂ ਵੀ ਜੇ ਸਾਡੇ ਪਿੰਡੇ ਫਿਰਦਾ ਹੋਊਗਾ ਕਿ ਹਾਂ ਵੀ ਬਾਹਰ ਉਹਨੂੰ ਬਾਹਲੇ ਜਾਣਦੇ ਹੁੰਦੇ ਸਾਡੇ ਜੇ ਹੁਣ ਆਪਾਂ ਕਹਿ ਦਈਏ ਸਾਡੇ ਪਿੰਡ ਨਾਲ ਮੁੰਡੇ ਗੱਲਾਂ ਕਰ ਦਿੰਦੇ ਯਾਰ ਜੇ ਪਿੰਡ ਵਾਲੇ ਤਾਂ ਉਦੇ ਕਰਦੇ ਰਹਿੰਦੇ ਜੇ ਬਾਹਰ ਜਾਂਦੇ ਆ ਕਾਫੀ ਕਈ ਵਾਰ ਟੂਰ ਪਲਾਜ਼ਾ ਤਾਂ ਵੀਆਈਪੀ ਲੈਣ ਚ ਇਦਾਂ ਲੰਘ ਜੀਦਾ ਪਿਆਰ ਮਿਲਦਾ ਪਿਆਰ ਸਤਿਕਾਰ ਆ ਜਿਵੇਂ ਦੇਵੀ ਸਾਹਿਬ ਕਹਿੰਦੇ ਬੰਦੇ ਦਾ ਬਸ ਪਿਆਰ ਹੀ ਚੇਤੇ ਰਹਿ ਜਾਂਦਾ ਹੋਰ ਭਲਾ ਕੀ ਬੰਦਾ ਇੱਥੋਂ ਲੈ ਜਾਂਦਾ ਜਾਂਦੇ ਵੇਲੇ
ਸੋ ਪਿਆਰ ਬਣਾਈ ਰੱਖੋ ਸਾਰਿਆਂ ਦੇ ਨਾਲ ਜੀ। ਚਲੋ ਗੁਰੂ ਜੀ ਸਮਾਂ ਕੱਢਿਆ, ਬਹੁਤ ਚੰਗਾ ਲੱਗਿਆ ਗੁਰੂ ਜੀ ਉੱਚੀ ਪੱਲੀਆਂ ਤੋਂ ਨੇ ਔਰ ਛੋਟੇ ਵੀਰ ਨੇ, ਉਮੀਦ ਕਰਦੇ ਹਾਂ ਗੁਰੂ ਆਉਣ ਵਾਲੇ ਸਮੇਂ ਵਿੱਚ ਹੋਰ ਬੁਲੰਦੀਆਂ ਛੂਹਣ ਔਰ ਸਾਡੇ ਪੰਜਾਬ ਦਾ ਖਾਸ ਕਰਕੇ ਸਾਡੇ ਦੁਆਬੇ ਦਾ ਨਾਮ ਜਿਹੜਾ ਪੂਰੀ ਦੁਨੀਆ ਵਿੱਚ ਇਹ ਜਿਹੜਾ ਮਸ਼ਹੂਰ ਕਰਨ, ਲੋਕਪ੍ਰਿਯ ਹੋਣ ਔਰ ਇਹਨਾਂ 'ਤੇ ਰੱਬ ਇਸੇ ਤਰੀਕੇ ਆਪਣਾ ਜਿਹੜਾ ਬਲੈਸਿੰਗਸ ਆ ਉਹਨੂੰ ਸ਼ਾਵਰ ਕਰਦਾ ਰਹੇ, ਇਸੇ ਤਰੀਕੇ ਇਹਨਾਂ ਦੇ ਉੱਤੇ ਮਹਾਰਾਜ ਦੀ ਕਿਰਪਾ ਵਰਸਦੀ ਰਹੇ। ਗੁਰੂ ਜੀ ਸਮਾਂ ਕੱਢਿਆ, ਬਹੁਤ ਚੰਗਾ ਲੱਗਿਆ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਬਣੇ ਰਹਿਣਾ ਵੀ ਉੱਥੇ ਨਵਾਂ ਸ਼ਹਿਰ ਨਾਲ ਆਪਣੇ ਛੋਟੇ ਵੀ ਦਿਨੇ ਸੂਰੀ ਕੈਮਰਾ ਪਰਸਨ ਵਿਜੇ ਕੋਲ ਨੂੰ ਇਜਾਜ਼ਤ ਤੋਂ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।